Thank you.
Thank you.
Thank you.
ਸਤਨਾਮ ਸ਼੍ਰੀ ਵਾਹਿਗੁਰੂ ਜੀ ਗੰਗਾਵਤ ਬੰਦਨੇ ਅਨੁਪ੍ਰਵਾਦ ਸਰਬ ਕਲਾ ਸਮਰੱਥ ਬੋਲਨ ਤੇ ਰੱਖੋ ਪ੍ਰਭੂ ਨਾਨਕ ਦੀ ਕਰ ਗਥ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਗਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਅੱਜ ਦਿਨ ਖੁਸ਼ੀਆਂ ਦਾ ਆਇਆ ਹੈ ਕਿਰਪਾ ਗੋਗੀ ਸਤਿਗੁਰਾਂ ਦੀ ਦਿਨ ਖੁਸ਼ੀਆਂ ਦਾ we
ਖਾਲਸਾ ਸਤ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸਾਰਿਆਂ ਤੇ ਕਿਰਪਾ ਕੀਤੀ ਹੈ ਆਪਣੇ ਬਜ਼ੁਰਗਾਂ ਦੇ ਆਪਣੇ ਵੱਡਿਆਂ ਦਾ ਅੱਜ ਖੁਸ਼ੀਆਂ ਦਾ ਦਿਨ ਹੈ ਅਸੀਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੇ ਹਾਂ ਸਾਰੇ ਬੱਚੇ ਬੱਚੀਆਂ ਖੁਸ਼ ਹਨ ਸਾਰਿਆਂ ਨੂੰ ਹੀ ਚਾਅ ਹੈ ਸਭ ਤੋਂ ਵੱਧ ਖੁਸ਼ੀ ਸਭ ਤੋਂ ਵੱਧ ਚਾਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੈ ਜਿਨ੍ਹਾਂ ਨੇ ਤਿੰਨ ਦਿਨ ਤੋਂ ਆਸ਼ੀਰਵਾਦ ਦਿੱਤਾ ਹੈ ਤਿੰਨ ਦਿਨ ਤੋਂ ਰਹਿਮਤਾਂ ਵਰਸਾਈਆਂ ਨੇ ਤਿੰਨ ਦਿਨ ਤੋਂ ਲੈ ਕੇ ਆਪਣੇ ਮੁੱਖ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਰਗਾਹੀ ਬਾਣੀ ਸੁਣਾਈ ਹੈ ਸਭ ਤੋਂ ਵੱਧ ਖੁਸ਼ੀ ਸਤਿਗੁਰਾਂ ਨੂੰ ਹੈ ਕਿ ਮੇਰੇ ਬੱਚਿਆਂ ਦਾ ਅੱਜ ਖੁਸ਼ੀ ਦਾ ਦਿਨ ਹੈ ਉਹ ਦਿਨ ਹੈ ਜੋ ਮੇਰੇ ਕੋਲ ਬਾਣੀ ਸੁਣ ਕੇ ਚਾਰ ਲਾਵਾਂ ਦਾ ਪਾਠ ਸੁਣ ਕੇ ਇਹਨਾਂ ਦਾ ਸੰਯੋਗ ਬਣਿਆ ਇਹਨਾਂ ਦੀ ਕਿਸਮਤ ਦੇ ਵਿੱਚ ਇੱਕ ਦੂਜੇ ਨੂੰ ਲਿਖਿਆ ਗਿਆ ਮੇਰੀ ਬਾਣੀ ਸੁਣ ਕੇ ਸਤਿਗੁਰੂ ਕਹਿ ਰਹੇ ਨੇ ਸਾਡੀ ਬਾਣੀ ਸੁਣ ਕੇ ਇਹਨਾਂ ਦਾ ਕਿਸੇ ਦਾ ਜਨਮ ਕਿਤੇ ਦਾ ਕਿਸੇ ਦਾ ਜਨਮ ਕਿਤੇ ਦਾ ਪਰ ਜਦੋਂ ਸਤਿਗੁਰਾਂ ਦੀ ਲਾਵਾਂ ਦੀ ਬਾਣੀ ਪੜ੍ਹੀ ਗਈ ਇੱਕ ਮਿਕਤਾ ਹੋ ਗਈ ਇੱਕ ਸੁਰਤਾ ਇੱਕ ਲੈਤਾ ਹੋ ਗਈ ਹੁਣ ਸਤਿਗੁਰੂ ਇਸ ਤਰ੍ਹਾਂ ਪ੍ਰਸੰਨ ਹਨ ਰਹਿਮਤ ਦੇ ਘਰ ਵਿੱਚ ਹਨ ਤਿੰਨ ਦਿਨਾਂ ਤੋਂ ਸਮਿਧ ਜੰਗ ਚੱਲ ਰਿਹਾ ਹੈ ਸਤਿਗੁਰੂ ਬਾਣੀ ਸੁਣਾ ਰਹੇ ਹਨ ਮਹਾਂਪੁਰਖ ਕਥਾ ਕੀਰਤਨ ਸੁਣਾ ਰਹੇ ਹਨ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਆਪ ਹਾਜ਼ਰ ਨਾਜ਼ਰ ਬੈਠੇ ਹਨ ਇਹਦੇ ਤੋਂ ਵੱਡੀਆਂ ਹੋਰ ਖੁਸ਼ੀਆਂ ਕਿਹੜੀਆਂ ਹੋਣਗੀਆਂ ਕੋਈ ਜਾ ਕੇ ਜੂਆ ਖੇਡਦਾ ਹੈ ਕੋਈ ਵਿਸ਼ੇ ਵਿਕਾਰ ਭੋਗਦਾ ਹੈ ਕੋਈ ਹੰਕਾਰੀ ਹੋ ਜਾਂਦਾ ਕੋਈ ਲਾਲਚੀ ਹੋ ਜਾਂਦਾ ਜੇਕਰ ਅਸੀਂ ਸਾਡੀਆਂ ਖੁਸ਼ੀਆਂ ਸਤਿਗੁਰਾਂ ਦੇ ਚਰਣਾਂ ਨਾਲ ਸਾਂਝੀਆਂ ਕਰੀਏ ਇਦੂ ਹੋਰ ਸਾਨੂੰ ਕੀ ਚਾਹੀਦਾ ਸਾਡੇ ਗੁਰੂ ਸਾਡੇ ਕੋਲ ਨੇ ਜਿਹਨੇ ਖੁਸ਼ੀਆਂ ਦਿੱਤੀਆਂ ਉਹਦੇ ਨਾਲ ਹੀ ਅਸੀਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਾਂ ਇੱਥੇ ਨਿਮਰਤਾ ਵਿੱਚ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ ਐ ਸੱਚੇ ਪਾਤਸ਼ਾਹ ਜੀ ਉਸ ਦਿਨ ਤੋਂ ਅੱਜ ਤੱਕ ਤੁਸੀਂ ਨਿਵਾਜਦੇ ਆਇਓ ਕਿੰਨਾ ਕੁ ਅਸੀਂ ਅੰਤ ਪਾਰਾਵਾਰ ਤੁਹਾਡਾ ਪਾ ਲਈਏ ਤੁਹਾਡੀਆਂ ਰਹਿਮਤਾਂ ਦਾ ਅੰਤ ਪਾਰਾਵਾਰ ਕੀ ਪਾ ਲਈਏ ਕਿਹੜੀ ਗੱਲ ਦਾ ਸ਼ੁਕਰ ਕਰੀਏ ਇੱਕ ਵਿਆਹ ਦੀ ਦਿਨ ਦਾ ਸ਼ੁਕਰ ਕਰੀਏ ਮਾਣ ਨਿੱਚ ਰੁਤਬੇ ਬਖਸ਼ੇ ਇਹਦਾ ਸ਼ੁਕਰ ਕਰੀਏ ਪ੍ਰੋਪਰਟੀ ਧਨ ਦੌਲਤ ਬਖਸ਼ਿਆ ਇਹਦਾ ਸ਼ੁਕਰ ਕਰੀਏ ਕਿਹੜਾ ਕਿਹੜਾ ਸ਼ੁਕਰ ਕਰੀਏ ਅਸੀਂ ਤਾਂ ਨਿਮਰਤਾ ਤੇ ਪ੍ਰੇਮ ਵਿੱਚ ਆ ਕੇ ਆਹੀ ਕਵਾਂਗੇ ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ ਕਿਹੜਾ ਕਿਹੜਾ ਸ਼ੁਕਰ ਮਨਾਵਾਂ ਵਈ ਗਰੀਬਾਂ ਨੂੰ ਨਿਵਾਜਣ ਵਾਲਿਆ ਵਾਹਿਗੁਰੂ ਆਪਣੇ ਭਗਤਾਂ ਦੀ ਮਦਦ ਕਰਨ ਵਾਸਤੇ
ਉਹਨਾਂ ਦੇ ਅੰਗ ਸੰਗ ਸਗਾਈ ਹੋਣ ਵਾਸਤੇ ਆਪ ਚੱਲ ਕੇ ਆ ਜਾਂਦਾ। ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਸ਼ਬਦ ਆਉਂਦਾ ਭਗਤ ਤਰਲੋਚਨ ਜੀ ਦਾ। ਭਗਤ ਤਰਲੋਚਨ ਜੀ ਬੜਾ ਲੰਮਾ ਸਮਾਂ ਹੋ ਗਿਆ ਵਿਆਹ ਸ਼ਾਦੀ ਹੋਈ ਨੂੰ, ਇਹਨਾਂ ਦੇ ਘਰ ਦੇ ਵਿੱਚ ਕੋਈ ਔਲਾਦ ਨਾ ਹੋਈ। ਹੁਣ ਜਿਵੇਂ ਸਾਧੂ ਸੰਤਾਂ ਦੇ ਕੋਲ ਹੋਰ ਸਾਧੂ ਸੰਤ ਆਉਂਦੇ ਹੀ ਰਹਿੰਦੇ ਹਨ, ਮਹਾਂਪੁਰਖ ਆਉਂਦੇ ਰਹਿੰਦੇ ਹਨ, ਅਮੀਰਾਂ ਦੇ ਪਾਸ ਅਮੀਰ ਆਉਂਦੇ ਹਨ, ਗਰੀਬਾਂ ਦੇ ਪਾਸ ਗਰੀਬ, ਚੋਰਾਂ ਦੇ ਪਾਸ ਚੋਰ, ਸਾਧੂਆਂ ਦੇ ਪਾਸ ਸਾਧੂ, ਕਿਵੇਂ ਕਿਵੇਂ ਭਾਈ ਭਗਤ ਤਰਲੋਚਨ ਜੀ ਸਰੀਰ ਕਰਕੇ ਤਾਂ ਵਿਰਧ ਹੋ ਗਏ ਪਰ ਇਹਨਾਂ ਦੇ ਪਾਸ ਸਾਧੂ ਬਹੁਤ ਆਉਣ ਲੱਗ ਪਏ। ਬੜਾ ਲੰਮਾ ਸਮਾਂ ਹੋ ਗਿਆ ਸੀ ਭਗਤੀ ਕਰਦਿਆਂ ਨੂੰ, ਪਰਮੇਸ਼ਰ ਦਾ ਪ੍ਰਚਾਰ ਕਰਦਿਆਂ ਨੂੰ, ਪਰਮੇਸ਼ਰ ਦੀ ਹੋਂਦ ਦੇ ਵਚਨ ਕਰਦਿਆਂ ਨੂੰ ਬੜਾ ਸਮਾਂ ਹੋ ਗਿਆ ਸੀ। ਬਹੁਤ ਸਾਧੂ ਸੰਤ ਆਉਂਦੇ ਹਨ, ਦੂਰ ਦੂਰ ਤੱਕ ਪ੍ਰਭਤਾ ਹੋ ਚੁੱਕੀ ਹੈ। ਅੱਜ ਭਗਤ ਤਰਲੋਚਨ ਤੇ ਉਹਨਾਂ ਦੇ ਘਰ ਵਾਲੀ ਭਗਤਨੀ ਬਜ਼ੁਰਗ ਹੋ ਗਏ, ਸੇਵਾ ਨਹੀਂ ਕੀਤੀ ਜਾਂਦੀ। ਜਦੋਂ ਕੋਈ ਪੰਜ ਸੱਤ ਦਸ ਸਾਧੂ ਆ ਜਾਂਦੇ ਨੇ, ਸਰੀਰ ਕਮਜ਼ੋਰ ਹੋਣ ਕਰਕੇ ਔਖੇ ਸੌਖੇ ਹੋ ਕੇ ਸੇਵਾ ਕਰਦੇ ਨੇ। ਹੁਣ ਭਗਤਨੀ ਦਾ ਸੁਭਾਅ ਉਮਰ ਦੇ ਹਿਸਾਬ ਦੇ ਨਾਲ ਥੋੜਾ ਜਿਹਾ ਕ੍ਰੋਧਵਾਨ ਹੋ ਗਿਆ। ਬਾਣੀ ਕਹਿੰਦੀ ਅੱਠ ਮੈਂ ਕ੍ਰੋਧ ਹੋਆ ਤਨ ਨਾਸ਼। ਕਰਮਾਂ ਵਾਲੇ ਹੁੰਦੇ ਨੇ ਜਿਹੜੇ ਵੱਡੀ ਉਮਰ ਦੇ ਵਿੱਚ ਜਾ ਕੇ ਵੀ ਮਿੱਠਾ ਬੋਲਦੇ ਹਨ, ਪ੍ਰੇਮ ਨਾਲ ਗੱਲਬਾਤ ਕਰਦੇ ਹਨ, ਬਾਣੀ ਦੀ ਗੱਲਬਾਤ ਕਰਦੇ ਹਨ, ਇਹ ਥੋੜੇ ਹੀ ਹੋਇਆ ਕਰਦੇ ਹਨ, ਬਹੁਤੇ ਨਹੀਂ। ਬਹੁਤਿਆਂ ਨੂੰ ਤਾਂ ਗੁੱਸਾ ਆਉਣ ਲੱਗ ਜਾਂਦਾ, ਕ੍ਰੋਧਵਾਨ ਹੋ ਜਾਂਦੇ ਨੇ, ਕਿਸੇ ਦੀ ਗੱਲ ਸਵਾਰ ਨਹੀਂ ਸਕਦੇ। ਹੁਣ ਭਗਤ ਨੇ ਰੋਜ਼ ਭਗਤ ਤਰਲੋਚਨ ਜੀ ਨੂੰ ਕਹਿੰਦੀ ਹੈ, ਭਗਤ ਜੀ ਤੁਸੀਂ ਪਰਮੇਸ਼ਰ ਦੀ ਭਗਤੀ ਕਰਨੀ ਬੰਦ ਕਰ ਦਿਓ, ਪਰਮੇਸ਼ਰ ਦਾ ਨਾਮ ਨਾ ਜਪਿਆ ਕਰੋ, ਬੰਦਗੀ ਨਾ ਕਰਿਆ ਕਰੋ। ਭਗਤ ਜੀ ਕਹਿੰਦੇ ਨੇ ਕਿਉਂ ਨਾ ਮੈਂ ਨਾਮ ਜਪਿਆ ਕਰਾਂ, ਕਿਉਂ ਨਾ ਬੰਦਗੀ ਕਰਿਆ ਕਰਾਂ। ਕਹਿੰਦੇ ਤੁਹਾਡੇ ਰੱਬ ਨੇ ਦਿੱਤਾ ਹੀ ਕੀ ਹੈ ਸਾਨੂੰ, ਤੁਹਾਡੇ ਰੱਬ ਨੇ ਸਾਨੂੰ ਕੱਖ ਵੀ ਨਹੀਂ ਦਿੱਤਾ। ਪਹਿਲਾਂ ਸਾਡੇ ਔਲਾਦ ਨਹੀਂ ਹੋਈ, ਹੁਣ ਜਿਹੜਾ ਕੋਈ ਨੌਕਰ ਰੱਖਦਾ ਇੱਕ ਦੋ ਦਿਨ ਰਹਿ ਕੇ ਫਿਰ ਛੱਡ ਕੇ ਤੁਰ ਜਾਂਦਾ ਗਾ, ਕੋਈ ਇੱਥੇ ਰਹਿੰਦਾ ਨਹੀਂ, ਮੈਨੂੰ ਇਕੱਲੀ ਨੂੰ ਇੰਨਾ ਕੰਮ ਕਰਨਾ ਪੈਂਦਾ, ਮੈਂ ਥੱਕ ਜਾਂਦੀ ਹਾਂ, ਮੇਰੀਆਂ ਲੱਤਾਂ ਬਾਹਾਂ ਦੁਖਣ ਲੱਗ ਜਾਂਦੀਆਂ, ਕਮਰ ਦੁਖਣ ਲੱਗ ਜਾਂਦੀ ਹੈ, ਸਰੀਰ ਦੇ ਵਿੱਚ ਹਰ ਥਾਂ ਤੇ ਪੇਨ ਹੋਣ ਲੱਗ ਜਾਂਦੀ ਹੈ, ਤੁਸੀਂ ਭਗਤੀ ਕਰਨੀ ਬੰਦ ਕਰ ਦਿਓ। ਜੇ ਪਰਮੇਸ਼ਰ ਨੇ ਭਗਤੀ ਕਰਾਉਣੀ ਹੈ ਪੁੱਤਰ ਦੇ ਦੇਵੇ, ਜੇ ਪੁੱਤਰ ਨਹੀਂ ਦੇਣਾ ਤਾਂ ਇੱਕ ਕੋਈ ਨੌਕਰੀ ਦੇ ਦੇਵੇ, ਜੇ ਪਰਮੇਸ਼ਰ ਨੌਕਰ ਦੇਵੇਗਾ ਤਾਂ ਮੈਂ ਤੇਰੇ ਸੰਤਾਂ ਦੀ ਸੇਵਾ ਕਰਿਆ ਕਰਾਂਗੀ, ਨਹੀਂ ਤਾਂ ਮੈਥੋਂ ਤੇਰੇ ਸੰਤਾਂ ਦੀ ਸੇਵਾ ਨਹੀਂ ਹੁੰਦੀ। ਤੇਰੇ ਕੋਲ ਕਿੰਨੇ ਸੰਤ ਆ ਜਾਂਦੇ ਨੇ, ਪਤਾ ਨਹੀਂ ਕਿੰਨੇ ਕਿੰਨੇ ਦਿਨਾਂ ਦੇ ਭੁੱਖੇ ਪਿਆਸੇ ਹੁੰਦੇ ਨੇ, ਆ ਕੇ ਅੱਠ ਅੱਠ ਦਸ ਦਸ ਰੋਟੀਆਂ ਖਾਂਦੇ ਨੇ, ਮੈਥੋਂ ਇੰਨੇ ਭੋਜਨ ਪ੍ਰਸ਼ਾਦੇ ਨਹੀਂ ਪੱਕਦੇ। ਪਰ ਗੁਰਬਾਣੀ ਤਾਂ ਕਹਿੰਦੀ ਹੈ ਸੰਗਤ ਕਰੀਏ ਸਾਧ ਕੀ ਅੰਤ ਕਰੈ ਨਿਰਵਾਦ। ਬਾਣੀ ਤਾਂ ਦੱਸਦੀ ਹੈ ਸਾਧੂਆਂ ਦੀ ਸੰਗਤ ਕਰਨੀ ਚਾਹੀਦੀ ਹੈ। ਜੇ ਤੁਸੀਂ ਸਾਧੂ ਦੀ ਸੰਗਤ ਨਹੀਂ ਕਰਦੇ, ਮਹਾਂਪੁਰਖ ਦੀ ਸੰਗਤ ਨਹੀਂ ਕਰਦੇ, ਫਿਰ ਸਾਡਾ ਨਿਰਵਾਹ ਕੌਣ ਕਰੇਗਾ, ਇਸ ਸੰਸਾਰ ਤੇ ਸਾਡੀ ਬਾਹ ਕੌਣ ਪਕੜੇਗਾ, ਇਹ ਸਾਡਾ ਮਨ ਜੋ ਪੁੱਠੇ ਪੁੱਠੇ ਪਾਸੇ ਜਾਂਦਾ ਹੈ, ਵਿਸ਼ੇ ਵਿਕਾਰ ਭੋਗਦਾ ਹੈ, ਕਦੇ ਲਾਲਚੀ ਹੁੰਦਾ ਹੈ, ਕਦੇ ਕ੍ਰੋਧੀ ਹੋ ਜਾਂਦਾ ਹੈ, ਇਸ ਮਨ ਨੂੰ ਕੌਣ ਸੰਭਾਲੇਗਾ ਭਾਈ। ਜਿਹੜੇ ਤਾਂ ਹਨ ਮਨ ਨੂੰ ਕੰਟਰੋਲ ਕਰਨ ਵਾਲੇ, ਉਹ ਤਾਂ ਪਰਮੇਸ਼ਰ ਦੇ ਚਰਨਾਂ 'ਚ ਬੇਨਤੀਆਂ ਕਰਦੇ ਰਹਿੰਦੇ ਨੇ, ਪਰ ਜਿਨ੍ਹਾਂ ਨੇ ਆਪਦੇ ਮਨ ਦੇ ਪਿੱਛੇ ਲੱਗ ਜਾਣਾ ਹੈ, ਮਨ ਦੀ ਮਰਜ਼ੀ ਕਰਨੀ ਹੈ, ਉਹਨਾਂ ਨੂੰ ਕੀ ਪਤਾ ਸਾਧੂ ਕੀ ਹੁੰਦੇ ਹੈ, ਉਹਨਾਂ ਨੂੰ ਕੀ ਪਤਾ ਮਹਾਂਪੁਰਖ ਕੀ ਹੁੰਦੇ ਹੈ। ਹੁਣ ਜਿਹਦਾ ਮਨ ਭਟਕਦਾ ਹੈ ਤੇ ਉਹ ਰੋਕਣਾ ਚਾਹੁੰਦਾ ਹੈ, ਉਹ ਪਰਮੇਸ਼ਰ ਨੂੰ ਪਤਾ ਕੀ ਕਹਿੰਦਾ ਹੈ, ਐਸਾ ਕੋਈ ਸੰਤ ਮਿਲੇ ਜਿਹੜਾ ਮੋੜੇ ਮਨਾ ਦੀਆਂ ਬਾਤਾਂ,
ਸਾਨੂੰ ਸਭ ਨੂੰ ਮਿਲ ਜਾਵੇ, ਮਹਾਂਪੁਰਖ ਦਾ ਮਿਲਾਪ ਹੋ ਜਾਵੇ। ਹੁਣ ਇਹਨੇ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰ ਦਿੱਤੀ, ਹੇ ਭਗਵਾਨ, ਹੇ ਪਰਮੇਸ਼ਰ, ਤੇਰੇ ਸਾਧੂ ਸਾਡੇ ਘਰੇ ਆਉਂਦੇ ਨੇ, ਜੇ ਮੇਰੀ ਭਗਤਣੀ ਨੇ ਤੇਰੇ ਸੰਤਾਂ ਦੀ ਸੇਵਾ ਕਰਨੀ ਬੰਦ ਕਰ ਦਿੱਤੀ, ਭਗਵਾਨ ਤੂੰ ਨਾਰਾਜ਼ ਹੋ ਜਾਏਗਾ, ਤੂੰ ਮਹਾਰਾਜ ਜੀ ਸਾਡੇ ਤੇ ਕ੍ਰੋਧ ਹੋ ਜਾਵੇਂਗਾ। ਪਹਿਲੇ ਨੰਬਰ ਤੇ ਪੁੱਤਰ ਦੀ ਮੰਗ ਸੀ, ਪਰ ਮੇਰੀ ਤ੍ਰਿਸ਼ਨਾ ਬੁੱਝ ਚੁੱਕੀ ਹੈ, ਕਿਰਪਾ ਕਰੋ ਇੱਕ ਐਸਾ ਨੌਕਰ ਦੇ ਦਿਓ ਜਿਹੜਾ ਨੌਕਰ ਪ੍ਰੇਮ ਨਾਲ ਕੰਮ ਕਰੇ, ਜਿਹੜਾ ਨੌਕਰ ਹੁਕਮ ਨਾ ਚਲਾਵੇ, ਜੋ ਮੈਂ ਬਚਨ ਕਰਾਂ ਮੇਰਾ ਬਚਨ ਸਤ ਵਚਨ ਕਰਕੇ ਮੰਨੇ। ਆਏ ਅਰਦਾਸ ਕੀਤੀ, ਬੇਨਤੀ ਕੀਤੀ ਭਗਵਾਨ ਦੇ ਚਰਨਾਂ ਦੇ ਵਿੱਚ। ਉਸੀ ਵੇਲੇ ਬਾਹਰਲੇ ਪਾਸੇ ਰੌਲਾ ਪੈ ਰਿਹਾ ਹੈ, ਆਵਾਜ਼ ਆ ਰਹੀ ਹੈ, ਪ੍ਰਭੂ ਨੇ ਉੱਚੀ ਉੱਚੀ ਰੌਲਾ ਪਾਇਆ, ਕੋਈ ਨੌਕਰ ਰੱਖ ਲਓ ਜੀ। ਉੱਚੀ ਆਵਾਜ਼ ਦੇ ਵਿੱਚ ਕਹਿੰਦਾ, ਮੈਨੂੰ ਕੋਈ ਨੌਕਰ ਰੱਖ ਲਓ, ਮੈਂ ਨੌਕਰ ਰਹਿਣ ਵਾਸਤੇ ਆਇਆ। ਇੱਕ ਨੌਜਵਾਨ ਮੁੰਡਾ ਜਿਹਦੀ 20-22 ਸਾਲ ਦੀ ਉਮਰ ਹੈ, ਚਿਹਰੇ ਦਾ ਰੰਗ ਲਾਲ ਹੈ, ਸਿਰ ਦੇ ਉੱਤੇ ਪਾਟੀ ਦੀ ਖੱਦਰ ਖੱਦਰ ਦਾ ਪਰਨਾ ਲਪੇਟਿਆ ਹੋਇਆ, ਪਾਟਿਆ ਜਿਹਾ ਕੁੜਤਾ ਪਾਇਆ, ਪੈਰਾਂ 'ਚ ਟੁੱਟੇ ਛਿੱਤਰ ਪਾਏ ਨੇ, ਮੋਢੇ ਤੇ ਪਰਨਾ ਰੱਖਿਆ, ਪਰ ਚਿਹਰਾ ਉਹਦਾ ਦਗ ਦਗ ਕਰਦਾ ਹੈ, ਚਿਹਰਾ ਉਹਦਾ ਲਾਲ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬੜਭਾਗਾ, ਬੰਦਗੀ ਵਾਲਾ ਚਿਹਰਾ ਹੈ। ਜਦੋਂ ਉਹਨੇ ਬਾਹਰੋਂ ਰੌਲਾ ਪਾਇਆ ਨਾ, ਇੱਕ ਕਵੀ ਨੇ ਇੱਕ ਕਵਿਤਾ ਲਿਖੀ ਹੈ ਤਲਵਾੜੇ ਦੇ ਵਿੱਚ, ਉਹਨੇ ਕਵਿਤਾ ਲਿਖੀ ਬੜੀ ਵਧੀਆ, ਪ੍ਰਭੂ ਨੇ ਉੱਚੀ ਉੱਚੀ ਰੌਲਾ ਪਾਇਆ, ਕੋਈ ਨੌਕਰ ਰੱਖ ਲਓ ਜੀ। ਅੰਦਰੋਂ ਨਿਕਲੀ ਤਲੋਚਨ ਰਾਣੀ, ਪੁੱਛਦੀ ਹੈ ਲਾਲ ਲੰਮੇਗਾ ਕੀ, ਤੇਰਾ ਚੰਨ ਨਾਲ ਰੂਪ ਸਵਾਇਆ, ਤੈਨੂੰ ਨੌਕਰ ਰੱਖ ਲਾਂਗੇ, ਕੀ ਹੈ ਤੇਰਾ ਨਾਮ, ਕਿਹੜਾ ਤੇਰਾ ਠਾਮ, ਵੇ ਤੂੰ ਕਿਹੜੇ ਸ਼ਹਿਰ ਤੋਂ ਆਇਆ, ਤੈਨੂੰ ਨੌਕਰ ਰੱਖ ਲਾਂਗੇ, ਅੰਤਰਯਾਮੀ ਮੇਰਾ ਨਾਮ, ਬਿੰਦਰਾ ਬਨ ਹੈ ਮੇਰਾ ਗਾਮ, ਮੈਂ ਤਾਂ ਕਰਨ ਮਜ਼ਦੂਰੀ ਆਇਆ, ਮੈਨੂੰ ਨੌਕਰ ਰੱਖ ਲਓ ਜੀ। ਕਿਵੇਂ ਉੱਚੀ ਉੱਚੀ ਆਵਾਜ਼ ਦੇ ਵਿੱਚ ਕਹਿੰਦਾ, ਆ ਪੜਨਾ ਜਰਾ, ਪ੍ਰਭੂ ਨੇ ਉੱਚੀ ਉੱਚੀ ਰੌਲਾ ਪਾਇਆ, ਤ੍ਰਿਲੋਚਨ ਜੀ ਤੰਦਰ ਅਰਦਾਸ ਕਰ ਰਹੇ ਸੀ। ਇਤਨੀ ਜਲਦੀ ਅਰਦਾਸ ਮਨਜ਼ੂਰ ਹੋ ਗਈ, ਭਗਵਾਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਨੌਕਰ ਦਾ ਰੂਪ ਬਣਾ ਕੇ 20-22 ਸਾਲ ਦੇ ਨੌਜਵਾਨ ਦੀ ਉਮਰ ਦੇ ਬਣ ਕੇ ਹੋਕਾ ਦਿੰਦੇ ਫਿਰਦੇ ਨੇ ਕਿ ਮੈਨੂੰ ਨੌਕਰ ਰੱਖ ਲਓ ਜੀ, ਮੈਂ ਨੌਕਰੀ ਕਰਨ ਵਾਸਤੇ ਆਇਆ।
ਹੁਣ ਅੰਦਰੋਂ ਭਗਤ ਤਰਲੋਚਨ ਦੀ ਘਰ ਵਾਲੀ ਨਿਕਲੀ ਬਾਹਰ ਆ ਕੇ ਕਹਿੰਦੀ ਕਾਕਾ ਸਾਡੇ ਪਾਸ ਆ ਅਸੀਂ ਰੱਖਣੇ ਨੌਕਰ ਆ ਜਾ ਮੇਰੇ ਨਾਲ ਤੂੰ ਗੱਲਬਾਤ ਕਰ ਮੈਂ ਤੈਨੂੰ ਰੱਖਣਾ ਚਾਹੁੰਦੀ ਘਰ ਦੇ ਵਿੱਚ ਕੰਮ ਵਾਸਤੇ ਕੋਲ ਬੁਲਾ ਲਿਆ ਇਸ ਲੜਕੇ ਨੂੰ ਪੁੱਛਦੀ ਹੈ ਪੁੱਤਰ ਤੈਨੂੰ ਨੌਕਰ ਅਸੀਂ ਰੱਖਣ ਵਾਸਤੇ ਤਿਆਰ ਹਾਂ ਤੂੰ ਮੈਨੂੰ ਇਹ ਦੱਸ ਵੀ ਤੂੰ ਕਿੰਨੇ ਪੈਸੇ ਲਿਆ ਕਰੇਗਾ ਤੇਰੀ ਸੈਲਰੀ ਕਿਤਨੀ ਬਣਦੀ ਹੈ ਸੀ ਉਹ ਕਹਿਣ ਲੱਗਿਆ ਵੀ ਮੈਂ ਸੈਲਰੀ ਨਹੀਂ ਲੈਣੀ ਕੋਈ ਕੇਵਲ ਮੇਰੀਆਂ ਦੋ ਕੰਡੀਸ਼ਨਸ ਨੇ ਬਸ ਸੈਲਰੀ ਨਹੀਂ ਲੈਣੀ ਵਿਦਆਊਟ ਸੈਲਰੀ ਮੈਂ ਸੇਵਾ ਕਰਨੀ ਹੈ ਕਹਿੰਦੀ ਕਮਾਲ ਹੋ ਗਈ ਇਹ ਤਾਂ ਮੁਫ਼ਤ ਦਾ ਨੌਕਰ ਮਿਲਣ ਲੱਗਿਆ ਇਦੂ ਹੋਰ ਕੀ ਚਾਹੀਦਾ ਮੁਫ਼ਤ ਦਾ ਨੌਕਰ ਕੋਈ ਇਹਨੂੰ ਸੈਲਰੀ ਨਹੀਂ ਤਨਖਾਹ ਨਹੀਂ ਚਾਹੀਦੀ ਬਿਲਕੁਲ ਕਹਿੰਦੀ ਰਹਿੰਦਾ ਕਿੱਥੇ ਹੈ ਤੂੰ ਕਹਿੰਦਾ ਸਾਰੇ ਕਿਤੇ ਰਹੀਦਾ ਸਾਰੀ ਥਾਵਾਂ ਤੇ ਰਹੀਦਾ ਉਹ ਕਹਿੰਦੀ ਕਮਾਲ ਹੋ ਗਈ ਸਾਰੀ ਥਾਂ ਤੇ ਕਿੱਦਾਂ ਰਹਿੰਦੇ ਤੂੰ ਕਹਿੰਦਾ ਬਸ ਤੂੰ ਪੁੱਛ ਲਿਆ ਸੀ ਦੱਸਤਾ ਹੋਰ ਪੁੱਛ ਕੇ ਪੁੱਛਦੀ ਹੈ ਕਹਿੰਦੀ ਐ ਲੱਗਦਾ ਵੀ ਮਸਤਾਨਾ ਜਿਹਾ ਹੋਊਗਾ ਵਿਚਾਰਾ ਇਹ ਵਿਚਾਰਾ ਮਸਤਾਨਾ ਇਹਨੂੰ ਪਤਾ ਨਹੀਂ ਲੱਗਦਾ ਕਿੱਥੇ ਕਹੀਦਾ ਕਿ ਮੈਂ ਕਿੱਥੇ ਦਾ ਰਹਿਣ ਵਾਲਾ ਹੁਣ ਉਹ ਪੁੱਛਦਾ ਪੁੱਛਦੇ ਗਨ ਭਗਤ ਜੀ ਦੇ ਘਰ ਵਾਲੀ ਭਗਤਨੀ ਤਰਲੋਚਨ ਦੇ ਘਰ ਵਾਲੀ ਭਗਤਨੀ ਪੁੱਛਦੀ ਹੈ ਕਹਿੰਦੀ ਤੂੰ ਇਹ ਦੱਸ ਤੇਰਾ ਮਾਤਾ ਪਿਤਾ ਕੌਣ ਹੈ ਕਿੱਥੇ ਹੈ ਕਹਿੰਦਾ ਸਾਡਾ ਕੋਈ ਮਾਤਾ ਪਿਤਾ ਨਹੀਂ ਹੈਗਾ ਕੋਈ ਭੈਣ ਭਾਈ ਨਹੀਂ ਹੈਗਾ ਸਾਡਾ ਉਹ ਕਹਿੰਦੀ ਵੀ ਕਮਾਲ ਹੋ ਗਈ ਕੀ ਪਤਾ ਬਚਪਨ ਦੇ ਵਿੱਚ ਹੀ ਚਲੇ ਗਏ ਹੁਣ ਨਾ ਹੋਣੇ ਦੇ ਉਹਨੂੰ ਕੀ ਪਤਾ ਉਹਨੂੰ ਨਹੀਂ ਪਤਾ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੱਲਾਂ ਕਰ ਰਹੀ ਹੈ ਭਗਵਾਨ ਪਰਮੇਸ਼ਰ ਆਪ ਉਹਨੂੰ ਪਤਾ ਹੀ ਨਹੀਂ ਹੈ ਬਹੁਤੀ ਦੁਨੀਆਂ ਨੂੰ ਹਜੇ ਵੀ ਨਹੀਂ ਪਤਾ ਸਾਧੂ ਸੰਤ ਕਿਉਂ ਆਉਂਦੇ ਨੇ ਗੁਰੂ ਮਹਾਰਾਜ ਦੁਨੀਆਂ ਤੇ ਕਿਉਂ ਆਏ ਜਿਨ੍ਹਾਂ ਨੂੰ ਪਤਾ ਉਹ ਪਤਾ ਕੀ ਕਹਿੰਦੇ ਨੇ ਕਲਾ ਤਾਰ ਕੇ ਨਰੈਣ ਜਗ ਗੁਰੂ ਸਾਹਿਬ ਦੇ ਚਰਨਾਂ ਦੇ ਭੌਰੇ ਬਣ ਗਏ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਗੁਰੂ ਮਹਾਰਾਜ ਅਤੇ ਸਾਧੂ ਸੰਤ ਕਿਉਂ ਆਉਂਦੇ ਨੇ ਉਹ ਸਾਰੀ ਜ਼ਿੰਦਗੀ ਸੰਤਾਂ ਦਾ ਵਿਰੋਧ ਹੀ ਕਰਦੇ ਰਹਿ ਜਾਂਦੇ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਨੇ ਬਾਣੀ 'ਚ ਲਿਖੇ ਹੋਏ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕੋਈ ਵਿਚਾਰਾ ਨਾਨਕ ਕਹਿੰਦਾ ਕੋਈ ਭੂਤਨਾ ਨਾਨਕ ਕਹਿੰਦਾ ਉਹਨਾਂ ਨੂੰ ਸਾਰੀ ਜ਼ਿੰਦਗੀ ਨਹੀਂ ਪਤਾ ਲੱਗਿਆ ਕਿ ਗੁਰੂ ਸਾਹਿਬ ਕਿਉਂ ਆਏ ਨੇ ਹੁਣ ਵੀ ਮੂਰਖ ਲੋਕ ਦੋ ਦੋ ਰੁਪਈਏ ਦੀਆਂ ਕਿਤਾਬਾਂ ਪੜ੍ਹ ਕੇ ਸੰਤਾਂ ਦੇ ਨਿੰਦਕ ਬਣੇ ਫਿਰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਮਹਾਂਪੁਰਖਾਂ ਦਾ ਸੰਸਾਰ ਤੇ ਆਉਣ ਦਾ ਪ੍ਰਯੋਜਨ ਹੁੰਦਾ ਹੈ ਹੁਣ ਜਦੋਂ ਇਹ ਬਚਨ ਕਰ ਰਹੇ ਨੇ ਨਾ ਕਿ ਸਾਡਾ ਭਾਈ ਸੰਸਾਰ ਤੇ ਆਉਣ ਦਾ ਪ੍ਰਯੋਜਨ ਹੈ ਅਸੀਂ ਸੰਸਾਰ ਤੇ ਤੁਹਾਡੇ ਪਾਸ ਤੁਹਾਡੇ ਘਰ 'ਚ ਨੌਕਰ ਬਣਨ ਵਾਸਤੇ ਆਏ ਹਾਂ ਕੋਈ ਕਾਰਨ ਹੈ ਇਹਦਾ ਐਵੇਂ ਨਹੀਂ ਅਸੀਂ ਆ ਗਏ
ਉਹ ਕਹਿੰਦੀ ਚਲੋ ਮੈਨੂੰ ਬਹੁਤੀਆਂ ਗੱਲਾਂ ਦਾ ਤਾਂ ਪਤਾ ਨਹੀਂ ਜੋ ਤੂੰ ਦੱਸਣਾ ਚਾਹੁੰਦੇ ਮੈਨੂੰ ਦੱਸ ਦੇ ਕਹਿੰਦੀ ਉਹ ਕਹਿਣ ਲੱਗੇ ਵੀ ਇੱਕ ਤਾਂ ਇਹ ਗੱਲ ਹੈ ਕਿ ਮੈਂ ਦੁਬਾਰਾ ਦੁਬਾਰਾ ਰੋਟੀ ਨਹੀਂ ਪੁੱਛਣੀ ਮੈਂ ਤਾਂ ਭੋਜਨ ਵੀ ਜੇ ਦੇ ਦਿਆ ਕਰੋਗੇ ਛਕ ਲਿਆ ਕਰਾਂਗਾ ਜੇ ਨਹੀਂ ਦਿਆ ਕਰੋਗੇ ਮੈਂ ਨਹੀਂ ਛਕਿਆ ਕਰਾਂਗਾ ਉਹ ਕਹਿੰਦੀ ਇਹ ਵੀ ਵਧੀਆ ਗੱਲ ਹੈ ਇਹ ਵੀ ਵਧੀਆ ਗੱਲ ਹੈ ਕਈ ਤਾਂ ਭੁੱਖੜ ਹੁੰਦੇ ਨੇ ਖਾਂਦੇ ਬਹੁਤਾ ਨੇ ਕੰਮ ਕਰਦੇ ਨਹੀਂ ਹੈਗੇ ਇਹ ਵੀ ਚੰਗੀ ਗੱਲ ਹੈ ਕਿ ਖਾਣਾ ਹੀ ਨਹੀਂ ਦੇਣਾ ਪਏਗਾ ਦੂਸਰੀ ਗੱਲ ਚਲੋ ਜਿੰਨਾ ਉਹ ਦੇ ਦਿਆ ਕਰਾਂਗੇ ਆਪਾਂ ਇਹ ਵੀ ਗੱਲ ਠੀਕ ਹੈ ਤੀਸਰੀ ਗੱਲ ਕਿ ਮੈਨੂੰ ਦੁਬਾਰਾ ਦੁਬਾਰਾ ਪੁੱਛਣਾ ਨਹੀਂ ਔਰ ਮੇਰੀ ਨਿੰਦਿਆ ਨਹੀਂ ਕਰਨੀ ਜੇਕਰ ਮੇਰੀ ਨਿੰਦਿਆ ਹੋ ਗਈ ਮੇਰਾ ਵਿਰੋਧ ਹੋ ਗਿਆ ਮੇਰੇ ਵਾਸਤੇ ਕੋਈ ਐਸਾ ਬੋਲ ਬੋਲ ਦਿੱਤਾ ਫਿਰ ਮੈਂ ਰਹਿਣਾ ਨਹੀਂ ਮੈਂ ਚਲਿਆ ਜਾਣਾ ਭਗਵਾਨ ਤਾਂ ਉੱਥੇ ਰਹਿੰਦੇ ਨਹੀਂ ਜਿੱਥੇ ਨਿੰਦਿਆ ਹੋਵੇ ਪਰਿਵਾਰ ਦੇ ਮੈਂਬਰਾਂ ਦਾ ਵਿਰੋਧ ਹੋਵੇ ਨਿੰਦਿਆ ਹੋਵੇ ਚੁਗਲੀ ਹੋਵੇ ਭਗਵਾਨ ਉੱਥੇ ਕਿੱਥੇ ਰਹਿੰਦਾ ਭਾਈ ਭਗਵਾਨ ਕੇਵਲ ਉੱਥੇ ਰਹਿੰਦਾ ਜਿੱਥੇ ਪਰਿਵਾਰ ਚ ਏਕਾ ਹੁੰਦਾ ਵਾਕ ਹੁੰਦਾ ਪ੍ਰੇਮ ਹੁੰਦਾ ਉੱਥੇ ਰਹਿੰਦਾ ਹੈ ਭਗਵਾਨ ਹੁਣ ਜਦੋਂ ਇਸ ਤਰ੍ਹਾਂ ਦੇ ਨਾਲ ਵਚਨ ਕਰ ਦਿੱਤਾ ਕਹਿੰਦੇ ਠੀਕ ਹੈ ਆ ਜਾ ਮੈਂ ਤੈਨੂੰ ਕੰਮ ਸਮਝਾ ਦਿਆਂ ਦੇਖ ਲੈ ਕੰਮ ਬਹੁਤ ਹੈ ਸਾਡੇ ਘਰ ਦਾ ਸਾਡੇ ਘਰੇ ਸੰਤ ਬਹੁਤ ਆਉਂਦੇ ਨੇ ਸਾਡੇ ਗੈਸਟ ਬਹੁਤ ਆਉਂਦੇ ਨੇ ਸੰਤ ਨੇ ਸਾਡੇ ਗੈਸਟ ਇੱਕ ਇੱਕ ਸੰਤ ਦੇ ਨਾਲ ਚਾਰ ਚਾਰ ਪੰਜ ਪੰਜ ਦਸ ਦਸ ਸੇਵਾਦਾਰ ਵੀ ਹੁੰਦੇ ਨੇ ਕਹਿੰਦਾ ਮਾਤਾ ਫਿਕਰ ਕਾਹਤੇ ਕਰਦੀ ਹੈ ਤੂੰ ਫਿਕਰ ਨਾ ਕਰ ਕਹਿੰਦੀ ਉਹ ਦੇਖ ਮੱਝਾਂ ਵੀ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਪੱਠੇ ਵੀ ਪਾਉਣੇ ਪੈਣਗੇ ਕਹਿੰਦਾ ਮਾਤਾ ਫਿਕਰ ਹੀ ਨਾ ਕਰ ਤੂੰ ਲਿਆ ਜਾ ਮੈਂ ਤੈਨੂੰ ਕਿਚਨ ਦੇ ਵਿੱਚ ਸਮਾਨ ਸਮਝਾ ਦਿਆਂ ਇੱਧਰ ਲੂਣ ਮਿਰਚ ਮਸਾਲਾ ਹਲਦੀ ਕਹਿੰਦਾ ਬੇਬੇ ਤੂੰ ਮੈਨੂੰ ਕੁਝ ਨਾ ਦੱਸ ਮੈਨੂੰ ਕੁਝ ਨਾ ਦੱਸ ਕਿਉਂਕਿ ਉਹ ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਰਾਮ ਕਿਹੜਾ ਤ੍ਰਿਲੋਚਨ ਭਗਤ ਜੀ ਜਦੋਂ ਆਏ ਆ ਕੇ ਪੁੱਛਦੇ ਨੇ ਬੇਟਾ ਤੈਨੂੰ ਕੰਮ ਔਖਾ ਤਾਂ ਨਹੀਂ ਲੱਗਦਾ ਕਹਿੰਦਾ ਭਗਤ ਜੀ ਤੁਹਾਡੀ ਛਤਰ ਛਾਇਆ ਦੇ ਵਿੱਚ ਕੋਈ ਕੰਮ ਔਖਾ ਨਹੀਂ ਜਿਹੜਾ ਸਾਧੂਆਂ ਦਾ ਭਗਤਾਂ ਦਾ ਸੰਗੀ ਹੋ ਜਾਂਦਾ ਹੈ ਉਹ ਨਾ ਕੰਮ ਤੋਂ ਅੱਕਦਾ ਨਾ ਸੇਵਾ ਤੋਂ ਅੱਕਦਾ ਨਾ ਬਾਣੀ ਤੋਂ ਅੱਕਦਾ ਓਨੀ ਦੇਰ ਤੱਕ ਸਾਨੂੰ ਬਾਣੀ ਪੜ੍ਹਦਿਆਂ ਨੂੰ ਆਵਾਸੀਆਂ ਆਉਂਦੀਆਂ ਨੇ ਜਿੰਨੀ ਦੇਰ ਤੱਕ ਸਾਡੇ ਪਾਸ ਕੋਈ ਸਾਧੂ ਸੱਜ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਓਨੀ ਦੇਰ ਤੱਕ ਸਾਨੂੰ ਬਾਣੀ ਪੜ੍ਹਨੀ ਔਖੀ ਲੱਗਦੀ ਹੈ ਜਿੰਨੀ ਦੇਰ ਤੱਕ ਸਾਡੇ ਪਾਸ ਕੋਈ ਗਾਈਡ ਕਰਨ ਵਾਲਾ ਨਹੀਂ ਜਦੋਂ ਸਾਨੂੰ ਗਾਈਡ ਕਰਨ ਵਾਲਾ ਮਿਲ ਗਿਆ ਜੁੜਿਆ ਹੋਇਆ ਮਿਲ ਗਿਆ ਸਾਨੂੰ ਜੋੜਨ ਵਾਲਾ ਇਹ ਬਾਣੀ ਸਾਨੂੰ ਔਖੀ ਨਹੀਂ ਸਗੋਂ ਸੌਖੀ ਲੱਗੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗ੍ਰਾਮਰ ਲਿਖਣ ਵਾਲੇ ਭਾਈ ਕਾਨ ਸਿੰਘ ਜੀ ਨਾਭਾ ਭਾਈ ਕਾਨ ਸਿੰਘ ਜੀ ਨਾਭਾ ਜੀ ਦੇ ਪਿਤਾ ਜੀਆਂ ਦਾ ਇਤਨਾ ਵੱਡਾ ਸਿਦਕ ਸੀ ਇੰਨੀ ਉਹਨਾਂ ਤੇ ਅਕਾਲ ਪੁਰਖ ਦੀ ਕਿਰਪਾ ਸੀ ਉਹਨਾਂ ਦੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂੰਹ ਜਵਾਨੀ ਯਾਦ ਸੀ ਬਾਏ ਹਾਰਟ ਬਾਬਾ ਨਰਾਇਣ ਸਿੰਘ ਜੀਆਂ ਦੇ ਸਾਰਾ ਗੁਰੂ ਗ੍ਰੰਥ ਸਾਹਿਬ ਮੂੰਹ ਜਵਾਨੀ ਯਾਦ ਸੀ ਇੱਕ ਚੌਂਕੜੇ ਦੇ ਵਿੱਚ ਇੱਕ ਅਖੰਡ ਪਾਠ ਕਰ ਦਿੰਦੇ ਹੁੰਦੇ ਸੀ ਹੁਣ ਸਭ ਤੋਂ ਬੈਠਿਆ ਨਹੀਂ ਨਾ ਜਾਂਦਾ ਕਦੇ ਲੱਤ ਇੱਧਰ ਕਦੇ ਲੱਤ ਉੱਧਰ ਕਦੇ ਧਿਆਨ ਇੱਧਰ ਕਦੇ ਧਿਆਨ ਉੱਧਰ ਇੱਕ ਚੌਂਕੜੇ ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਕਰ ਦਿੰਦੇ ਹੁੰਦੇ ਸਨ ਇੱਥੇ ਬਸ ਨਹੀਂ ਇੱਕ ਮਹੀਨੇ ਦੇ ਵਿੱਚ ਚਾਰ ਅਖੰਡ ਪਾਠ ਕਰਦੇ ਹੁੰਦੇ ਸੀ ਇੱਕ ਮਹੀਨੇ ਚ ਇੱਕ ਮਹੀਨੇ ਦੇ ਵਿੱਚ ਅਨਕੰਡੀਸ਼ਨਰ ਲਵ ਕੋਈ ਲੋੜ ਨਹੀਂ ਕੋਈ ਮੰਗ ਨਹੀਂ ਕੋਈ ਦਿਖਾਵਾ ਨਹੀਂ ਜਿਹੜਾ ਐਸਾ ਗੁਰਸਿੱਖ ਗੁਰਮੁਖ ਪਿਆਰਾ ਸੀ ਨਾ ਜਿਹਦੇ ਗੁਰੂ ਗ੍ਰੰਥ ਸਾਹਿਬ ਮੂੰਹ ਜਵਾਨੀ ਯਾਦ ਇੱਕ ਇੱਕ ਚੌਂਕੜੇ ਚ ਇੱਕ ਇੱਕ ਅਖੰਡ ਪਾਠ ਔਰ ਫਿਰ ਇੱਕ ਮਹੀਨੇ ਚ ਚਾਰ ਅਖੰਡ ਪਾਠ ਉਹਨਾਂ ਦੇ ਘਰੇ ਅਕਾਲ ਪੁਰਖ ਨੇ ਐਸਾ ਪੁੱਤਰ ਪੈਦਾ ਕੀਤਾ
جنہیں گرو گرنتھ صاحب دی گرامر لکھ دی، جنہیں نے مہان کوش لکھ دیتا، جنہ دا نام ہے پائی سا پائی کان سنگھ جی نابا، ایسی ہستی جنہ نے 6068 صفحیاں دا گرنتھ لکھ دیتا، جیدے وچ سارے گرو گرنتھ صاحب دے سارے شبداں دے ارتھ لکھے ہوئے نے، ایک ایک بولی چ نہیں 50 بولیاں دے وچ انہوں نے ارتھ لکھ دیتے، ایسا پتر پیدا ہو گیا۔ سو ہن سات سنگت جی اپنے وچار ول آئیے، ہن ترلوچن بھگت آ کے پوچھدا تینوں سیوا اوکھی تاں نہیں لگدی، سیوا سوکھی کری جانا توں؟ کہندا ہاں مہاراج گل ہی نہیں کوئی، دیکھو میں کتنی جلدی کم کر دینا تہاڈے، میرا چت کردا میں تہاڈے پاس بیٹھا رہاں، میں تہاڈے پاس بیٹھا تہاڈے درشن کردا رہاں۔ بھگت جی پوچھدے نے کیوں؟ بڑے پریم نال بھگوان بھگت نوں کہندے نے، چت کردا میں تینوں دیکھی جاواں، واہگرو تیرے وچوں رب دے سنگاں، ਤਰਲੋਚਨ ਜੀ ਦਾ ਇਸ ਅੰਤਰਯਾਮੀ ਦੇ ਨਾਲ ਪਿਆਰ ਪੈ ਗਿਆ। ਜਦੋਂ ਕਿਤੋਂ ਬਾਹਰੋਂ ਆਉਂਦੇ ਨੇ ਭਗਤ ਜੀ, ਉੱਚੀ ਆਵਾਜ਼ ਦੇ ਵਿੱਚ ਕਹਿੰਦੇ ਨੇ, ਓਏ ਅੰਤਰਯਾਮੀ ਕਿੱਥੇ ਹੈ ਭਾਈ, ਪਾਣੀ ਦਾ ਗਲਾਸ ਲਿਆ, ਓਏ ਅੰਤਰਯਾਮੀ ਕਿੱਥੇ ਹੈ ਭਾਈ, ਲਿਆ ਪ੍ਰਸ਼ਾਦਾ ਤਿਆਰ ਕਰ ਛਕੀਏ। ਉਹ ਅੰਤਰਯਾਮੀ ਦੇ ਕਿੰਨੇ ਸਾਧੂ ਆ ਗਏ, ਚੱਲ ਆਪਾਂ ਪ੍ਰਸ਼ਾਦਾ ਛਕਾਈਏ। ਜਿਵੇਂ ਤੁਹਾਡਾ ਕਈ ਵਾਰੀ ਆਪਣੇ ਘਰ ਦੇ ਵਿੱਚ ਸਭ ਤੋਂ ਛੋਟੇ ਬੱਚੇ ਦੇ ਨਾਲ ਬਹੁਤ ਪਿਆਰ ਪੈ ਜਾਂਦਾ, ਕਿਉਂਕਿ ਵੱਡੇ ਕੰਮਾਂ ਕਾਰਾਂ ਤੇ ਜਾਣ ਲੱਗ ਜਾਂਦੇ ਨੇ, ਛੋਟਾ ਬੱਚਾ ਘਰੇ ਹੀ ਹੁੰਦਾ। ਜਦੋਂ ਤੁਸੀਂ ਕਈ ਵਾਰੀ ਵੱਡੇ ਨੂੰ ਬੁਲਾਉਂਦੇ ਹੋ ਨਾ, ਤਾਂ ਛੋਟੇ ਦਾ ਨਾਮ ਤੁਹਾਡੀ ਜੀਭ ਤੋਂ ਨਿਕਲ ਜਾਂਦਾ, ਫਿਰ ਵੱਡਾ ਗੁੱਸੇ ਹੁੰਦਾ, ਤੂੰ ਤਾਂ ਉਹਨੂੰ ਬਹੁਤਾ ਪਿਆਰ ਕਰਦਾ, ਉਹਦਾ ਹੀ ਵਾਰ ਵਾਰ ਨਾਮ ਲੈਂਦਾ, ਬੁਲਾਉਣਾ ਮੈਨੂੰ ਹੁੰਦਾ ਤੇ ਨਾਮ ਉਹਦਾ ਲੈਂਦੇ ਹੋ, ਉਹ ਤੇ ਲੈ ਲਓ ਪਾਣੀ ਦਾ ਗਲਾਸ। ਤੁਸੀਂ ਜਦੋਂ ਮੈਂ ਤੁਹਾਡੇ ਪਾਸ ਹਾਂ, ਮੇਰਾ ਨਾਮ ਲੈ ਕੇ ਕਿਉਂ ਨਹੀਂ ਬੁਲਾਉਂਦੇ? ਕਈ ਵਾਰੀ ਬੱਚੇ ਜਿੱਦ ਵੀ ਕਰਨ ਲੱਗ ਜਾਂਦੇ ਹਨ। ਉੱਥੇ ਵੀ ਇਵੇਂ ਕਿਵੇਂ ਹੋਇਆ, ਇੰਨਾ ਜ਼ਿਆਦਾ ਪਿਆਰ ਪੈ ਗਿਆ, ਭਗਤਣੀ ਨੂੰ ਬੁਲਾਉਣਾ ਹੁੰਦਾ ਤਾਂ ਵੀ ਕਹਿ ਦਿੰਦੇ ਨੇ, ਅੰਤਰਯਾਮੀ ਕਿੱਥੇ ਹੈ ਭਾਈ, ਅੰਤਰਯਾਮੀ ਆ ਜਾ ਭਾਈ, ਸਾਧੂ ਆ ਕੇ ਸੇਵਾ ਕਰੀਏ। ਸਮਾਂ ਲੰਘਦਾ ਗਿਆ, ਸਮਾਂ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ, ਜਿਹੜੇ ਸਮੇਂ ਦੀ ਕਦਰ ਪਛਾਣਦੇ ਨਹੀਂ, ਦੋ ਬੇੜੀਆਂ ਵਾਲੇ ਡੁੱਬ ਮਰਦੇ, ਜਿਹੜੇ ਇੱਕ ਤੇ ਚੜ੍ਹਨਾ ਜਾਣਦੇ ਨਹੀਂ। ਇਵੇਂ ਕਿਵੇਂ ਕਹਿਣ ਲੱਗੇ, ਇੰਨਾ ਪਿਆਰ ਪੈ ਗਿਆ। ਹੁਣ ਭਗਤਣੀ ਇੱਕ ਪ੍ਰਸ਼ਾਦਾ ਦਿੰਦੀ ਹੈ, ਅੰਤਰਯਾਮੀ ਇੱਕ ਨਾਲ ਹੀ ਰੱਜ ਜਾਂਦਾ, ਭਗਤਣੀ ਪੰਜ ਪ੍ਰਸ਼ਾਦੇ ਦਿੰਦੀ ਹੈ, ਅੰਤਰਯਾਮੀ ਪੰਜਾਂ ਨਾਲ ਵੀ ਰੱਜ ਲੈਂਦਾ। ਹੁਣ
ਕਲਯੁਗ ਕਦੋਂ ਚਾਹੁੰਦਾ ਕਿ ਇਹਨਾਂ ਦੇ ਘਰ ਦੇ ਵਿੱਚ ਪਰਮੇਸ਼ਰ ਰਵੇ। ਕਲਯੁਗ ਬੜੇ ਤੱਤੇ ਝੋਲਿਆਂ ਚ ਵਗਦਾ, ਦੋ ਭਾਈਆਂ ਨੂੰ ਜਿੰਨੀ ਦੇਰ ਤੱਕ ਅੱਡ ਨਹੀਂ ਨਾ ਕਰਾ ਦਿੰਦਾ, ਕਲਯੁਗ ਆਪਣਾ ਜ਼ੋਰ ਪਾਉਂਦਾ ਹੀ ਰਹਿੰਦਾ। ਪਿਓ ਪੁੱਤਰ ਦੇ ਵਿੱਚ ਲੜਾਈ ਕਰਵਾ ਦਿੰਦਾ, ਸੱਸ ਨੂੰਹ ਚ ਲੜਾਈ ਕਰਵਾ ਦਿੰਦਾ। ਕਲਯੁਗ ਜਿੱਥੇ ਬਾਣੀ ਨਹੀਂ ਪੜ੍ਹੀ ਜਾਂਦੀ ਉੱਥੇ ਕਲਯੁਗ ਦਾ ਜ਼ੋਰ ਪੈ ਜਾਂਦਾ। ਜਿੱਥੇ ਬਾਣੀ ਪੜ੍ਹੀ ਜਾਵੇ, ਜਿੱਥੇ ਸੱਸ ਤੇ ਨੂੰਹ ਦੋਨੋਂ ਜਾਣੀਆਂ ਬੈਠ ਕੇ ਕਹਿਣ ਤੂੰ ਰਹਿ ਰਿਹਾ ਸਭ ਦਾ ਪਾਠ ਕਰ ਮੈਂ ਸੁਣਾ, ਉੱਥੇ ਕਲਯੁਗ ਕਿਵੇਂ ਆਜੂਗਾ। ਹੁਣ ਉਹ ਕਹਿੰਦੀ ਹੈ ਜੀ ਮੈਂ ਤਾਂ ਉਹ ਸੀਰੀਅਲ ਦੇਖਣਾ ਜਿਹਦੇ ਵਿੱਚ ਸੱਸ ਤੇ ਨੂੰਹ ਦੀ ਲੜਾਈ ਹੁੰਦੀ ਹੈ, ਮੈਨੂੰ ਤਾਂ ਉਹ ਸੀਰੀਅਲ ਬੜਾ ਮਨ ਪਸੰਦ ਲੱਗਦਾ, ਮੇਰਾ ਫੇਵਰੇਟ ਸੀਰੀਅਲ ਹੈ ਉਹ ਤਾਂ। ਹੁਣ ਬੇਬੇ ਵਿਚਾਰੀ ਕਹੂਗੀ ਲਿਆ ਭਾਈ ਸੁਖਮਨੀ ਸਾਹਿਬ ਦਾ ਗੁਟਕਾ, ਉਹ ਕਹੂਗੀ ਨਾ ਬੇਬੇ ਜੀ ਮੇਤੋਂ ਨੀ ਲਿਆਂਦਾ ਜਾਂਦਾ ਸੁਖਮਨੀ ਦਾ ਗੁਟਕਾ, ਮੇਰਾ ਤਾਂ ਫੇਵਰੇਟ ਸੀਰੀਅਲ ਚੱਲਦਾ ਜੀ, ਮੈਂ ਨੀ ਲੈ ਕੇ ਆਉਂਦੀ ਗੁਟਕਾ। ਫਿਰ ਦੇਖੋ ਤੇ ਕਲਯੁਗ ਆ ਗਿਆ ਨਾ, ਮਸ਼ੀਨਰੀ ਦਾ ਯੁੱਗ ਹੈ, ਕਲਯੁਗ ਹੈ। ਕਲਯੁਗ ਹਮੇਸ਼ਾ ਆਪ ਦੀ ਹੋਮੇ ਨੂੰ ਪੱਠੇ ਪਾਉਂਦਾ, ਜਿੱਥੇ ਬਾਣੀ ਨਾ ਪੜੀ ਜਾਵੇ ਕਲਯੁਗ ਖੁਸ਼ ਹੁੰਦਾ, ਜਿੱਥੇ ਸਾਧੂਆਂ ਦਾ ਤਿਰਸਕਾਰ ਹੋਵੇ ਨਿੰਦਿਆ ਵਿਰੋਧ ਹੋਵੇ ਉੱਥੇ ਕਲਯੁਗ ਖੁਸ਼ ਹੁੰਦਾ, ਜਿੱਥੇ ਲੇਟ ਸੁੱਤੇ ਪਏ ਉੱਠਦੇ ਨੇ ਲੇਟ, ਜਿਨ੍ਹਾਂ ਦਾ ਅੰਮ੍ਰਿਤ ਵੇਲਾ 9-10 ਵਜੇ ਸ਼ੁਰੂ ਹੁੰਦਾ, 9-10 ਕਈਆਂ ਨੂੰ ਜੇ ਕਹਿ ਦਈਏ ਉਹ ਪੁੱਛਦੇ ਨੇ ਤੁਸੀਂ ਕਿੰਨੇ ਵਜੇ ਉੱਠਦੇ ਹੋ, ਸਹਿਜ ਸੁਭਾਅ ਕਹਿ ਦੀ ਵੀ ਅਸੀਂ 4 ਵਜੇ ਉੱਠਦੇ ਹਾਂ, ਉਹ ਹੱਸ ਕੇ ਕਹਿਣਗੇ ਅਸੀਂ ਤਾਂ ਜੀ ਕਦੇ 4 ਵਜਦੇ ਹੀ ਨਹੀਂ ਦੇਖੇ, ਸਾਡਾ ਅੰਮ੍ਰਿਤ ਵੇਲਾ ਤਾਂ ਜੀ 9 ਵਜੇ ਸ਼ੁਰੂ ਹੁੰਦਾ। ਕਈ ਸਾਨੂੰ ਨਾ ਇਸ ਤਰ੍ਹਾਂ ਦੇ ਮਿਲਦੇ ਨੇ, ਅਸੀਂ ਪੁੱਛਦੇ ਹਾਂ ਵੀ ਜੇ ਤੁਹਾਡੇ ਤੋਂ ਜਲਦੀ ਨਹੀਂ ਉੱਠਿਆ ਜਾਂਦਾ ਤੁਸੀਂ ਅਲਾਰਮ ਲਾ ਲਿਆ ਕਰੋ, ਕਹਿੰਦੇ ਹਾਂਜੀ ਹਾਂ ਯੈਸ ਅਸੀਂ ਆਈ ਡੂ ਯੈਸ ਅਸੀਂ ਅਲਾਰਮ ਲਾ ਕੇ ਪੈਂਦੇ, ਅਸੀਂ ਪੁੱਛਦੇ ਕਿੰਨੇ ਵਜੇ ਦਾ, ਕਹਿੰਦੇ 8:30 ਵਜੇ ਦਾ ਅਲਾਰਮ ਲਾਇਆ, 8:30 ਵਜੇ ਦਾ ਅਲਾਰਮ ਲਾ ਕੇ ਪੈਂਦੇ ਆ ਕਿਉਂਕਿ 9 ਵਜੇ ਤੱਪ ਹੀ ਅੱਖ ਖੁੱਲ ਜਾਣੀ, ਅੱਧਾ ਘੰਟਾ ਪਹਿਲਾਂ ਉੱਠਣਾ ਹੁੰਦਾ ਹੈ। ਉਹਨਾਂ ਦਾ ਅੰਮ੍ਰਿਤ ਵੇਲਾ 8 ਵਜੇ ਸ਼ੁਰੂ ਹੁੰਦਾ ਹੈ। ਨਹੀਂ ਭਾਈ, ਫਿਰ ਤੁਸੀਂ ਰੱਬ ਨੂੰ ਦੋਸ਼ ਨਾ ਦੇਵੋ ਕਿ ਰੱਬ ਸਾਡੇ ਕਾਰਜ ਵਿਗਾੜਦਾ, ਅਸੀਂ ਉਦੋਂ ਦੋਸ਼ ਦੇ ਸਕਦੇ ਹਾਂ ਜੇ ਅਸੀਂ ਅੰਮ੍ਰਿਤ ਵੇਲੇ ਉੱਠੀਏ, ਬਾਣੀ ਪੜ੍ਹੀਏ, ਭਜਨ ਕਰੀਏ, ਜੇ ਨਹੀਂ ਕਰ ਹੁੰਦਾ। ਅੱਜ ਕੱਲ੍ਹ ਟੇਪ ਚੱਲਦੀ ਹੈ, ਅੱਜ ਕੱਲ੍ਹ ਆ ਚੈਨਲਾਂ ਦੇ ਉੱਤੇ ਗੁਰਬਾਣੀ ਚੱਲਦੀ ਹੈ। ਇੱਕ ਚੀਜ਼ ਤੁਸੀਂ ਹੋਰ ਦੇਖਿਓ, ਚੈਨਲ ਤੁਸੀਂ ਅੱਗੇ ਅੱਗੇ ਕਰਦੇ ਜਾਂਦੇ ਹੋ, ਜਿੱਥੇ ਤਾਂ ਚੈਨਲ ਤੇ ਫਿਲਮ ਚੱਲਦੀ ਹੋ, ਸੀਰੀਅਲ ਚੱਲਦਾ ਹੋਵੇਗਾ ਉੱਥੇ ਤੁਸੀਂ ਰੁਕ ਜਾਂਦੇ ਹੋ, ਜਿੱਥੇ ਨਾ ਗੁਰਬਾਣੀ ਚੱਲਦੀ ਕਥਾ ਚੱਲਦੀ ਹੋ ਤੁਸੀਂ ਇੱਕਦਮ ਕੜਿਕ ਕੜਿਕ ਕਰਕੇ ਅੱਗੇ ਕਰ ਦਿੰਦੇ ਹੋ ਕਿ ਇਹ ਤਾਂ ਜੀ ਇਹ ਤਾਂ ਬਾਬੇ ਚੱਲਦੇ ਨੇ, ਬਾਬਿਆਂ ਤੋਂ ਅਸੀਂ ਕੀ ਲੈਣਾ, ਬਾਬਿਆਂ ਤੋਂ ਹੀ ਤਾਂ ਸਭ ਕੁਛ ਲੈਣਾ। ਭਾਈ ਸਾਡੇ ਬਾਬੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਸਾਡੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ, ਸਾਡੇ ਬਾਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜੇ ਅਸੀਂ ਬਾਬਿਆਂ ਤੋਂ ਕੁਛ ਨਹੀਂ ਲੈਣਾ ਤਾਂ ਐਕਟਰਾਂ ਨੇ ਸਾਨੂੰ ਕੁਛ ਨਹੀਂ ਦੇਣਾ, ਜਿੰਨਾ ਮਰਜ਼ੀ ਮਗਰ ਭੱਜ ਲਓ, ਜਿੰਨੇ ਮਰਜ਼ੀ ਕੇਸ ਕਟਾ ਕੇ ਇੱਧਰੋਂ ਕਟਾ ਕੇ ਸ਼ਾਹਰੁਖਾਂ ਬਣ ਗਏ, ਇੱਧਰੋਂ ਕਟਾ ਕੇ ਅਮਿਤਾਭ ਬੱਚਨ ਬਣ ਗਏ, ਉਹਦੇ ਨਾਲ ਨਹੀਂ ਗੱਲ ਬਣਨੀ। ਜਿੰਨੀ ਦੇਰ ਤੱਕ ਬਾਣਾ ਨਹੀਂ ਨਾ ਪਾਉਂਦੇ, ਗੁਰੂ ਵਾਲੇ ਨਹੀਂ ਨਾ ਬਣਦੇ। ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ, ਪੜ੍ਹੇ ਉਜਰਾ ਉੱਚੀ, ਦਸ ਮੇ ਪਿਤਾ ਦੀਆਂ ਖੁਸ਼ੀਆਂ ਜਾਨਮ ਗੁਰਾਂ ਦਾ।
ਸਨ ਹੁੰਦੇ ਗਨ ਇਹ ਚੀਜ਼ ਸਤਿਗੁਰਾਂ ਨੂੰ ਲੱਗਦੀ ਹੈ ਚੰਗੀ ਤੇ ਬਾਣੀ ਕਹਿੰਦੀ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਗਤ ਕੀ ਵਿਦ ਨੈਣੋ ਨੀਤੀ ਅੰਮ੍ਰਿਤ ਛਕਣਾ ਚਾਹੀਦੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਪ੍ਰਪੱਕਤਾ ਨਾਮ ਸਿਮਰਨ ਦੇ ਵਿੱਚ ਪ੍ਰਪੱਕਤਾ ਗੁਣੀ ਅਤਿਅੰਤ ਜ਼ਰੂਰੀ ਹੈ ਹੁਣ ਭਗਤ ਜੀ ਬਹੁਤ ਪ੍ਰੇਮ ਕਰਦੇ ਗਨ ਭਗਤ ਨੇ ਵੀ ਬਹੁਤ ਪ੍ਰੇਮ ਕਰਦੀ ਹੈ ਅੱਜ ਕੀ ਹੋਇਆ ਕਲਯੁਗ ਸੋਚਦਾ ਹੈ ਕਿ ਇਸ ਘਰ ਦੇ ਵਿੱਚ ਤਾਂ ਭਗਵਾਨ ਆਪ ਹੀ ਆ ਕੇ ਰਹਿਣ ਲੱਗ ਗਏ ਇਹ ਤਾਂ ਭਗਵਾਨ ਨੇ ਤਾਂ ਵਾਰੇ ਨਿਆਰੇ ਕਰ ਦਿੱਤੇ ਭਗਤ ਦੇ ਆਏ ਸਾਧੂ ਆ ਕੇ ਪੰਗਤੀ ਦੇ ਵਿੱਚ ਬੈਠਦੇ ਨੇ ਜਦੀ ਭਗਤ ਜੀ ਵਿੱਚ ਦੀ ਭਗਤ ਜੀ ਦਾ ਸੇਵਾਦਾਰ ਵਿੱਚ ਦੀ ਲੰਘਦਾ ਭਗਵਾਨ ਅੰਤਰਯਾਮੀ ਥਾਲੀਆਂ ਦੇ ਜਾਂਦਾ ਗਲਾਸ ਦੇ ਜਾਂਦਾ ਦਾਲਾਂ ਸਬਜ਼ੀਆਂ ਪਾ ਜਾਂਦਾ ਮਿੱਠੇ ਪਕਵਾਨ ਪਾ ਜਾਂਦਾ ਪ੍ਰਸ਼ਾਦੇ ਦੇ ਜਾਂਦਾ ਦਸਾਂ ਦਸਾਂ ਪੰਦਰਾਂ ਪੰਦਰਾਂ ਮਿੰਟਾਂ ਦੇ ਵਿੱਚ ਪੰਜਾਹ ਪੰਜਾਹ ਸਾਧੂਆਂ ਨੂੰ ਭੋਜਨ ਛਕਾ ਜਾਂਦਾ ਭਗਵਾਨ ਕਿਉਂ ਨਾ ਭਗਵਾਨ ਨੂੰ ਇਸ ਘਰ ਦੇ ਵਿੱਚੋਂ ਕੱਢਿਆ ਜਾਵੇ ਕਲਯੁਗ ਬੜੀਆਂ ਤੱਤੀਆਂ ਹਵਾਵਾਂ 'ਚ ਚੱਲਦਾ ਜਦੋਂ ਕਿਤੇ ਘਰ ਦੇ ਵਿੱਚ ਲੜਾਈ ਹੋਣ ਲੱਗੇ ਨਾ ਵਾਹਿਗੁਰੂ ਕਰੇ ਲੜਾਈ ਹੋਵੇ ਹੀ ਨਾ ਜੇ ਕਿਤੇ ਲੜਾਈ ਹੋਣ ਲੱਗੇ ਜਦੇ ਸੋਚ ਲਿਆ ਕਰੋ ਕਿ ਕਲਯੁਗ ਦਾ ਪ੍ਰਭਾਵ ਵੱਧ ਗਿਆ ਤੇ ਸਾਡਾ ਭਜਨ ਘੱਟ ਗਿਆ ਸਾਡਾ ਸਿਮਰਨ ਘੱਟ ਗਿਆ ਹੋ ਸਕਦਾ ਅੱਜ ਸਾਡੇ ਤੋਂ ਨਿਤਨੇਮ ਨਾ ਹੋਇਆ ਹੋਵੇ ਹੋ ਸਕਦਾ ਸਾਡੇ ਤੋਂ ਜਪ ਜੀ ਚੌਪਈ ਸੁਖਮਨੀ ਪੜ੍ਹੀ ਨਾ ਗਈ ਹੋਵੇ ਤਾਂ ਹੀ ਕਰਕੇ ਅੱਜ ਸਾਡਾ ਸੁਭਾਅ ਕਰੂਰ ਹੋ ਗਿਆ ਤਾਂ ਸਾਡਾ ਸੁਭਾਅ ਗੁਸੈਲਾ ਹੋ ਗਿਆ ਗੁੱਸੇ ਵਾਲਾ ਹੋ ਗਿਆ ਜੇ ਹੁਣ ਕ੍ਰੋਧ ਆ ਗਿਆ ਇਸ ਕ੍ਰੋਧ ਨੂੰ ਕੰਟਰੋਲ ਕਰਨ ਦਾ ਤਰੀਕਾ ਬਾਣੀ ਪੜ੍ਹਨੀ ਨਾਮ ਜਪਣਾ ਭਜਨ ਕਰਨਾ ਸਿਮਰਨ ਕਰਨਾ ਜਦੋਂ ਤੁਹਾਨੂੰ ਕ੍ਰੋਧ ਆ ਗਿਆ ਜਲ ਦਾ ਗਲਾਸ ਇੱਕ ਛਕ ਲਓ ਨਾਲ ਦੀ ਨਾਲ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿਓ ਨਾਲ ਦੀ ਨਾਲ ਭਜਨ ਸ਼ੁਰੂ ਕਰ ਦਿਓ ਚੁੱਪ ਕਰ ਜਾਓ ਇੱਕ ਮਿੰਟ ਦੋ ਮਿੰਟ ਚਾਰ ਮਿੰਟ ਤੁਸੀਂ ਚੁੱਪ ਕਰ ਜਾਓਗੇ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਝਗੜੇ ਖਤਮ ਹੋ ਜਾਣਗੇ ਸਤਿਗੁਰ ਬਾਣੀ ਵਿੱਚ ਲਿਖਦੇ ਰਾਤ ਦੇ ਦੀਵਾਨ ਵਿੱਚ ਤੁਸੀਂ ਸੁਣਿਆ ਸੀ ਨਾ ਜੇਕਰ ਉਹ ਬੱਚਾ ਨਾ ਬੋਲਦਾ ਜੇ ਉਹ ਬੱਚਾ ਕਿਤੇ ਨਾ ਵਰਦਾਨ ਦਿੰਦਾ ਉਹਨੂੰ ਇੱਕ ਜਨਮ ਨਹੀਂ ਸੀ ਲੈਣਾ ਪੈਣਾ ਉਸੀ ਜਨਮ ਦੇ ਵਿੱਚ ਉਹਨੂੰ ਮੁਕਤੀ ਪ੍ਰਾਪਤ ਸਲਵੇਸ਼ਨ ਉਹਨੂੰ ਮਿਲ ਜਾਣੀ ਸੀ ਇੱਕ ਵਚਨ ਕੀਤਾ ਨਾਲ ਦੇ ਨਾਲ ਉਹਨੂੰ ਦੂਜਾ ਜਨਮ ਲੈਣਾ ਪੈ ਗਿਆ ਸਤਿਗੁਰੂ ਫਰਮਾਨ ਕਰਦੇ ਚੁੱਪ ਰਹਿਣ ਦੇ ਵਿੱਚ ਆਨੰਦ ਹੈ ਚੁੱਪ ਹੀ ਚੰਗਾ ਹੈ ਨਾਨਕਾ ਜੈ ਮੁਖ ਨਾਹੀ ਗੰਧ ਉਸ ਵੇਲੇ ਨਾ ਭਗਤਨੀ ਦੇ ਮਨ ਦੇ ਵਿੱਚ ਕਲਯੁਗ ਨੇ ਸ਼ਰਾਰਤ ਪੈਦਾ ਕਰ ਦਿੱਤੀ ਸ਼ਰਾਰਤ ਪੈਦਾ ਕਰ ਦਿੱਤੀ ਸੰਤਾਂ ਨਾਲ ਮਸ਼ਕਰੀ ਕਈ ਲੋਕ ਸਾਧੂ ਸੰਤਾਂ ਨਾਲ ਮਖੌਲ ਕਰਦੇ ਨੇ ਮਸ਼ਕਰੀਆਂ ਕਰਦੇ ਨੇ ਉਹਨਾਂ ਵਾਸਤੇ ਸ਼ਾਇਰ ਪਤਾ ਕੀ ਕਹਿੰਦਾ ਪੁੱਲ ਡੋਬਣ ਦੀਆਂ ਰੀਤਾਂ ਮਸ਼ਕਰੀ ਕਰਦੇ ਸੰਤਾਂ ਨੂੰ ਕਹਿੰਦੇ ਨਹੀਂ ਕਰਨੀ ਚਾਹੀਦੀ ਮਸ਼ਕਰੀ ਮਖੌਲ ਨਹੀਂ ਕਰਨਾ ਚਾਹੀਦਾ ਕਹਿੰਦੇ ਉਸ ਵੇਲੇ ਭਗਤ ਨੇ ਕਹਿੰਦੀ ਇੱਕ ਰੋਟੀ ਦਿੰਨੀ ਆ ਦੋ ਦਿਨਾਂ ਤੱਕ ਇੱਕ ਰੋਟੀ ਨਾਲ ਹੀ ਰੱਜਿਆ ਰਹਿੰਦਾ ਪੰਜ ਪ੍ਰਸ਼ਾਦੇ ਦੇ ਦਿੰਨੀ ਆ ਪੰਜ ਨਾਲ ਰੱਜਿਆ ਰਹਿੰਦਾ ਦਸ ਪ੍ਰਸ਼ਾਦੇ ਧਰ ਦਿੰਨੀ ਆ ਸਵੇਰ ਤੋਂ ਲੈ ਕੇ ਚਾਹੇ ਦਿਨ ਚ ਚਾਰ ਵਾਰ ਸ਼ਕਾਦਮਾ ਤਾਂ ਵੀ ਛਕ ਲੈਂਦਾ ਮੈਨੂੰ ਇਹਦਾ ਭੇਦ ਨਹੀਂ ਆਇਆ ਇਹਦੇ ਮਨ ਵਿੱਚ ਕੀ ਚੱਲਦਾ ਹੈ ਕਿੰਨੀਆਂ ਕੁ ਰੋਟੀਆਂ ਖਾ ਸਕਦਾ ਅੱਜ ਅੱਜ ਸਵੇਰੇ ਕਾਫੀ ਸਾਰਾ ਆਟਾ ਗੁੰਨ ਲਿਆ ਕਲਯੁਗ ਦੀ ਗੱਲ ਅਸੀਂ ਦੱਸ ਰਹੇ ਹਾਂ ਤੁਹਾਨੂੰ ਕਲਯੁਗ ਕਿਤਨਾ ਸ਼ਰਾਰਤੀ ਹੈ ਘਰ ਦੇ ਵਿੱਚੋਂ ਭਗਵਾਨ ਨੂੰ ਵੀ ਬਾਹਰ ਕੱਢ ਸਕਦਾ ਕਲਯੁਗ ਕਲਯੁਗ ਦੇ ਵਾਸਤੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੈ ਉਭਰੈ ਤਿੱਤੈ ਲਿਹੁ ਉਬਾਰ ਹੇ ਸੱਚਿਆ ਪਾਤਸ਼ਾਹ
ਇੱਕ ਤੇਰਾ ਨਾਮ ਨਹੀਂ ਹੈ ਸ਼ਾਂਤੀ ਦੇਣ ਵਾਲਾ, ਨਹੀਂ ਤਾਂ ਸਾਰੇ ਸਾਧੂ ਸੰਤ ਮਹਾਂਪੁਰਖ ਸਾਨੂੰ ਪਤਾ ਕੀ ਕਹਿੰਦੇ ਨੇ, ਉਹ ਕਲਯੁਗ ਤੱਤੀਆਂ ਗਵਾਮਾ दूर कर देना है। केड़ा भगवान परमेश्वर साधु गुरु कदों कहेगा मैं अपने भगतां नूं छड्ड के चलिया जावां? कोई कहेगा गुरु के मैं अपने भगतां कोले आवां ना? पहले दीवान विच तुसी सुनिया सी कि पत्तियां दी गिणती कर लो, जितने पत्ते गण इतने जन्म भगती कर लो मैं तुहानू मिल लवांगा। भगवान तां तत्पर है अपने भगतां नूं मिलण दे वास्ते। हुण उहने कलयुग ने आके ऐसी मत मारी, भगत नहीं कहिंदी तूं बहि जा अंतर जामी, तैनूं मैं रोटी खवावांगी, मैं छकावांगी प्रशादा संतां नूं बाद च छकावांगे, तूं बैठ मार के चौंकड़ा। हुण भगत जी ਦਾ ਪਰਮ ਪਿਆਰਾ ਅੰਤਰਯਾਮੀ ਮਾਰਿਆ ਚੌਂਕੜਾ ਬਹਿ ਗਿਆ। ਉਹਨੇ ਕਿਹਾ ਸੀ ਮੈਨੂੰ ਦੁਬਾਰਾ ਪ੍ਰਸ਼ਾਦਾ ਨਾ ਪੁੱਛਿਓ, ਇੱਕ ਮੇਰੀ ਨਿੰਦਿਆ ਨਾ ਕਰਿਓ। ਜੇ ਤੁਸੀਂ ਮੇਰੀ ਨਿੰਦਿਆ ਕਰਤੀ ਔਰ ਮੈਨੂੰ ਦੁਬਾਰਾ ਦੁਬਾਰਾ ਪ੍ਰਸ਼ਾਦਾ ਪੁੱਛਿਆ, ਮੈਂ ਚਲਿਆ ਜਾਣਾ, ਮੈਂ ਨਹੀਂ ਰਹਿਣਾ ਤੁਹਾਡੇ ਕੋਲੇ। ਲਓ ਜੀ ਹੁਣ ਕੀ ਕੀਤਾ ਜਾਵੇ? ਕਲਯੁਗ ਬੜੀ ਤੱਤੀ ਗਵਾ 'ਚ ਚੱਲਣ ਵਾਲਾ ਗਏ, ਮਾਰ ਕੇ ਚੌਂਕੜਾ ਅੰਤਰਯਾਮੀ ਬਹਿ ਗਿਆ ਭੋਜਨ ਛਕਣ ਦੇ ਵਾਸਤੇ। ਹੁਣ ਭਗਤਨੀ ਨੇ ਕਾਫੀ ਸਾਰਾ ਆਟਾ ਗੁੰਨ ਲਿਆ, ਪੇੜਾ ਕਰਦੀ, ਪ੍ਰਸ਼ਾਦਾ ਪਕਾਉਂਦੀ, ਇੱਕ ਹੋਰ ਦੇ ਦੇਵਾਂ? ਉਹ ਕਹਿੰਦਾ ਦੇ ਦੇ। ਫਿਰ ਚਲੀ ਜਾਂਦੀ, ਫਿਰ ਪ੍ਰਸ਼ਾਦਾ ਪਕਾਉਂਦੀ, ਇੱਕ ਹੋਰ ਦੇ ਦਿਆਂ? ਉਹ ਕਹਿੰਦੇ ਦੇ ਦੇ। ਇੱਕ ਇੱਕ ਕਰਕੇ ਜਿਤਨੀ ਪਰਾਤ ਆਟੇ ਦੀ ਗੁੰਨੀ ਹੋਈ ਸੀ, ਸਾਰੇ ਦੀ ਸਾਰੀ ਆਟੇ ਦੀ ਪਰਾਤ ਖਾਲੀ ਹੋ ਗਈ। ਪ੍ਰਸ਼ਾਦੇ ਛਕ ਲਏ, 20-50 ਪ੍ਰਸ਼ਾਦੇ ਛਕ ਲਏ। ਹੁਣ ਉਹ ਕਹਿਣ ਲੱਗੀ ਕਮਾਲ ਹੋ ਗਈ, ਢੇਡਾ ਕਟੋਆ, ਇਹ ਭਰਦਾ ਹੀ ਨਹੀਂ ਇਹਦਾ ਤਾਂ।
ਪਤਾ ਨਹੀਂ ਕਿੰਨੇ ਕ ਜਨਮਾਂ ਦਾ ਭੁੱਖਾ ਇਹ ਆਏ ਸੋਚ ਕੇ ਕਹਿਣ ਲੱਗੀ ਗੱਲ ਸੁਣ ਤੂੰ ਬੈਠ ਇੱਥੇ ਆਪਣਾ ਆਟਾ ਮੁੱਕ ਗਿਆ ਮੈਂ ਗਵਾਂਢਣ ਤੋਂ ਆਟਾ ਮੰਗ ਲਿਆ ਵਾ ਲਿਆ ਕੇ ਤੈਨੂੰ ਮੈਂ ਪ੍ਰਸ਼ਾਦਾ ਛਕਾਉਣੀ ਆ ਹੁਣ ਇਹ ਕਹਿੰਦਾ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਲਿਆਓ ਜਿੱਥੋਂ ਲਿਆਉਣਾ ਮੈਂ ਬੈਠਾ ਵੇਟ ਕਰਦਾ ਤੁਹਾਡੀ ਗਵਾਂਢ ਵਿੱਚ ਚਲੀ ਗਈ ਜਾ ਕੇ ਕਹਿਣ ਲੱਗੀ ਭੈਣੇ ਤੈਨੂੰ ਹੀ ਦੱਸਦੀ ਆ ਗਾਹਾਂ ਗੱਲ ਨਾ ਕਰੀ ਅੱਗੇ ਨਾ ਕਿਸੇ ਨਾਲ ਗੱਲ ਕਰੀ ਮੈਂ ਤਾਂ ਬੜੀ ਦੁਖੀ ਆ ਉਹ ਕਹਿਣ ਲੱਗੀ ਭਗਤਣੀਏ ਤੂੰ ਕਿਵੇਂ ਦੁਖੀ ਹੋ ਗਈ ਤੇਰੇ ਘਰੇ ਤਾਂ ਦੁਖੀ ਲੋਕ ਆ ਕੇ ਸੁਖੀ ਹੋ ਜਾਂਦੇ ਨੇ ਭਗਤਣੀਏ ਤੇਰੇ ਕੋਲ ਤਾਂ ਪਦਾਰਥ ਹੀ ਬਹੁਤ ਨੇ ਇੰਨੀ ਦੁਨੀਆ ਮੱਥੇ ਟੇਕਦੀ ਹੈ ਤੂੰ ਕਿਵੇਂ ਦੁਖੀ ਹੋ ਗਈ ਕਹਿੰਦੀ ਭੈਣੇ ਤੇਰੇ ਨਾਲ ਹੀ ਗੱਲ ਕਰਦੀ ਆ ਬਸ ਕਿਸੇ ਨਾਲ ਗੱਲ ਨਾ ਕਰੀ ਮੈਂ ਤਾਂ ਤੇਰੇ ਤੋਂ ਇੱਕ ਡੱਬਾ ਆਟੇ ਦਾ ਲੈਣ ਆਈ ਆ ਉਹ ਕਹਿੰਦੀ ਭਗਤਣੀਏ ਤੇਰੇ ਘਰੇ ਤਾਂ ਪੰਜਾਹ ਪੰਜਾਹ ਸਾਧੂ ਆਉਂਦੇ ਉਹਨਾਂ ਦੇ ਸੇਵਾਦਾਰ ਆਉਂਦੇ ਇੱਕ ਇੱਕ ਦਿਨ ਚ ਪੰਜਾਹ ਪੰਜਾਹ ਜਾਣੇ ਰੋਟੀਆਂ ਖਾ ਜਾਂਦੇ ਭੋਜਨ ਛੱਕ ਜਾਂਦੇ ਉਦੋਂ ਨੀ ਆਟਾ ਮੁੱਕਦਾ ਅੱਜ ਤੇਰਾ ਆਟਾ ਕਿਵੇਂ ਮੁੱਕ ਗਿਆ ਹੁਣ ਉਹ ਕੀ ਕਹਿੰਦੀ ਹੈ ਕਹਿੰਦੀ ਮੈਂ ਕੀ ਦੱਸਾਂ ਭੈਣੇ ਇੱਕ ਨੌਕਰ ਰੱਖ ਲਿਆ ਉਹਦਾ ਨਾਮ ਹੈ ਅੰਤਰਯਾਮੀ ਕਹਿੰਦੀ ਹਾਂ ਮੈਂ ਦੇਖਿਆ ਬੜਾ ਕੰਮ ਕਰਦਾ ਬੜਾ ਕੰਮ ਕਰਦਾ ਉਹਦੇ ਚਿਹਰੇ ਦਾ ਜਲਾਲ ਹੀ ਵੱਖਰਾ ਗਏ ਬੜੀ ਮਿਹਨਤ ਕਰਦਾ ਬੜੀ ਸਟਰਗਲ ਕਰਦਾ ਗਏ ਕਹਿੰਦੀ ਭੈਣੇ ਕੀ ਤੈਨੂੰ ਸਟਰਗਲ ਦੀਆਂ ਗੱਲਾਂ ਦੱਸਾਂ ਪਤਾ ਨੀ ਕਿੰਨੇ ਕ ਜਨਮਾਂ ਦਾ ਭੁੱਖਾ ਪਤਾ ਨੀ ਉਹਦਾ ਢਿੱਡ ਹੈ ਕੇ ਟੋਆ ਭਰਦੇ ਨੀ ਸਵੇਰ ਦੀ ਲੱਗੀਆਂ ਅੰਨ ਪਕਾਉਣ ਸਵੇਰ ਦੀ ਮੱਥਾ ਮਾਰਦੀਆਂ ਰੋਟੀਆਂ ਪਕਾ ਰਹੀਆਂ ਖਾਈ ਜਾਂਦਾ ਪਰਮੇਸ਼ਰ ਤਾਂ ਭਾਈ ਜੇ ਨਾ ਖਾਵੇ ਤਾਂ ਖਾਂਦਾ ਹੀ ਨਹੀਂ ਜੇ ਨਾ ਦੇਖੇ ਤਾਂ ਦੇਖਦਾ ਹੀ ਨਹੀਂ ਜੇ ਦੇਖੇ ਜਿਤਨੀਆਂ ਸਾਡੇ ਸਰੀਰਾਂ ਤੇ ਅੱਖਾਂ ਲੱਗੀਆਂ ਸਾਰੀਆਂ ਵਾਹਿਗੁਰੂ ਦੀਆਂ ਨੇ ਆ ਸਤਿਗੁਰਾਂ ਦੀ ਬਾਣੀ ਨੀ ਪੜ੍ਹਦੇ ਸਹਿਸ ਤਬ ਨੈਣ ਨਨ ਨੈਣ ਗੈ ਤੋਗੇ ਕੋ ਸਹਿਸ ਮੂਰਤ ਨਨਾ ਏਕ ਤੋਗੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲ ਤਮੋਗੇ ਜੇ ਸੋਚੀਏ ਤਾਂ ਸਾਰੀ ਦੁਨੀਆ ਦੀਆਂ ਅੱਖਾਂ ਪਰਮੇਸ਼ਰ ਦੀਆਂ ਅੱਖਾਂ ਨੇ ਜੇ ਨਾ ਸੋਚੀਏ ਤਾਂ ਕਵਾਂਗੇ ਵਾਹਿਗੁਰੂ ਤਾਂ ਸਾਨੂੰ ਹੀ ਨਹੀਂ ਦਿੰਦਾ ਜਿਹੜੀਆਂ ਅੱਖਾਂ ਦੇ ਨਾਲ ਸਾਨੂੰ ਆਪ ਦਾ ਮੂੰਹ ਨਹੀਂ ਦਿੰਦਾ ਇਹਨਾਂ ਅੱਖਾਂ ਨਾਲ ਵਾਹਿਗੁਰੂ ਕਿਵੇਂ ਦੇਖ ਜੂਗਾ ਭਾਈ ਜਿਹੜੀਆਂ ਅੱਖਾਂ ਆਪ ਸ਼ੀਸ਼ੇ ਦੇ ਰਾਹੀਂ ਮੁੱਖ ਦੇਖਦੀਆਂ ਨੇ ਉਹ ਵੀ ਵਿੰਗਾ ਉਹ ਵੀ ਟੇਢਾ ਉਹ ਅੱਖਾਂ ਰੱਬ ਨੂੰ ਕਿੱਦਾਂ ਦੇਖ ਲੈਣਗੀਆਂ ਹੁਣ ਕਹਿਣ ਲੱਗੇ ਜੇ ਭਗਵਾਨ ਨਾ ਛਕੇ ਤਾਂ ਨਹੀਂ ਛਕਦਾ ਭਗਤਾਂ ਦੇ ਵਿੱਚ ਨਹੀਂ ਛਕਦਾ ਹੈ ਪਰ ਜੇਕਰ ਭਗਵਾਨ ਛਕਣ ਤੇ ਆਵੇ ਜਿੰਨਾ ਮਰਜ਼ੀ ਛਕ ਲਵੇ ਭਾਈ ਕਹਿੰਦੀ ਕੀ ਦੱਸਾਂ ਢਿੱਡ ਹੈ ਕਿ ਟੋਆ ਭਰਦਾ ਹੀ ਨਹੀਂ ਇੰਨਾ ਚਿਰ ਹੋ ਗਿਆ ਉਹਨੂੰ ਇੱਥੇ ਬੈਠੇ ਨੂੰ ਸਵੇਰ ਦੀ ਰੋਟੀਆਂ ਪਕਾ ਪਕਾ ਕੇ ਦੇ ਰਹੀਆਂ ਰਾਜੀ ਨਹੀਂ ਆ ਰਿਹਾ ਉਹਨੂੰ ਤਾਂ ਓਹੋ ਭੈਣੇ ਬੜਾ ਲੰਮਾ ਸਮਾਂ ਹੋ ਗਿਆ ਤੇਰੇ ਨਾਲ ਗੱਲਾਂ ਮਾਰਦੀ ਭੁੱਲ ਹੀ ਗਈ ਘਰੇ ਤਾਂ ਅੰਤਰਯਾਮੀ ਰੋਟੀਆਂ ਉਡੀਕਦਾ ਹੋਊਗਾ ਲਿਆ ਭੈਣੇ ਮੈਨੂੰ ਤੋਰ ਦੇ ਤੂੰ ਡੱਬਾ ਪਰ ਆਟੇ ਦਾ ਮੈਂ ਜਾਵਾਂ ਲਿਆ ਮੇਰਾ ਡੱਬਾ ਪਰ ਆਟੇ ਦਾ ਮੈਂ ਜਾਵਾਂ ਇਸ ਤਰ੍ਹਾਂ ਦੇ ਨਾਲ ਕਹਿ ਕੇ ਨਾ ਸਾਧ ਸੰਗਤ ਜੀ ਜਦੋਂ ਆਈ ਘਰੇ ਆ ਕੇ ਆਟਾ ਗੁੰਨਣ ਲੱਗੀ ਆਵਾਜ਼ ਦਿੰਦੀ ਹੈ ਅੰਤਰਯਾਮੀ ਬੇ ਅੰਤਰਯਾਮੀ ਕਿੱਥੇ ਹੈ ਭਾਈ ਕਿੰਨੀਆਂ ਰੋਟੀਆਂ ਹੋਰ ਖਾਵੇਂਗਾ ਕਿੰਨੀਆਂ ਰੋਟੀਆਂ ਹੋਰ ਖਾਵੇਂਗਾ ਕਿੰਨਾ ਕ ਆਟਾ ਗੁੰਨਾ ਬਾਹਰ ਆਵਾਜ਼ਾਂ ਮਾਰਦੀ ਫਿਰਦੀ ਹੈ ਬਾਹਰ ਭਗਵਾਨ ਕਿੱਥੇ ਪਰਮੇਸ਼ਰ ਕਿੱਥੇ ਆ ਸਿਆਣੇ ਪਤਾ ਕੀ ਕਹਿੰਦੇ ਨੇ ਹੁਣ ਉਹ ਬਾਹਰ ਦੇਖਦੀ ਸੀ ਅੜਬ ਸੁਭਾਅ ਦੀ ਸੀ ਤਰਲੋਚਨ ਵੀ ਆ ਕੇ ਆਵਾਜ਼ਾਂ ਮਾਰਦਾ ਹੈ ਤਰਲੋਚਨ ਕਹਿੰਦਾ ਹੈ ਅੰਤਰਯਾਮੀ ਕਿੱਥੇ ਹੈ ਭਾਈ ਤੂੰ ਸੰਤ ਆ ਕੇ ਲਾਈਨ ਵਿੱਚ ਬਹਿ ਕੇ ਲਿਆ ਥਾਲ ਵਰਤਾਈਏ ਤੰਨਾਂ ਚ ਆਵਾਜ਼ ਪਈ ਜੀ ਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ
ਕਾਹਰੇ ਬਨ ਖੋਜਨ ਜਾਈ ਉਹ ਸੱਜਣਾ ਜੰਗਲਾਂ ਚ ਕਿਹਨੂੰ ਲੱਭਦਾ ਫਿਰਦਾ ਕਾਹਰੇ ਬਨ ਖੋਜਨ ਜਾਈ ਸਰਵ ਨਿਵਾਸੀ ਸਦਾ ਅਲੇਪਾ ਤੋਗੀ ਸੰਗ ਸਮਾਈ ਜਿਹਨੂੰ ਜੰਗਲ ਚ ਲੱਭਦਾ ਫਿਰਦਾ ਤੇਰੇ ਅੰਦਰ ਵਸਦਾ ਕਿਵੇਂ ਉਹ ਪਮਦ ਜਿਉਂ ਬਾਸ ਵਸਤ ਗਏ ਉਹ ਕਹੀਏ ਫੁੱਲ ਜਿਵੇਂ ਫੁੱਲਾਂ ਦੇ ਵਿੱਚ ਬਾਸ਼ਨਾ ਵਸਦੀ ਹੈ ਉਹ ਪਮਦ ਜਿਉਂ ਬਾਸ ਵਸਤ ਹੈ ਮੁਕਰਮਾ ਹੀ ਜੈਸੀ ਛਾਈ ਮੁਕਰ ਕਹੀਦਾ ਮਿਰਰ ਨੂੰ ਸ਼ੀਸ਼ਾ ਦਰਪਣ ਮੁਕਰਮਾ ਹੀ ਜੈਸੀ ਛਾਈ ਜਦੋਂ ਸ਼ੀਸ਼ੇ ਦੇ ਅੱਗੇ ਮੂੰਹ ਲਿਆਵੇਂਗਾ ਜਦੇ ਤੇਰਾ ਮੂੰਹ ਸਾਹਮਣੇ ਆ ਜਾਵੇਗਾ ਜਿਵੇਂ ਉਹਦੇ ਵਿੱਚ ਤੇਰੀ ਛਾਇਆ ਤੇਰੀ ਸ਼ੈਡੋ ਦਿਖਦੀ ਹੈ ਇਸ ਤਰ੍ਹਾਂ ਦੇ ਨਾਲ ਮੁਕਰਮਾ ਹੈ ਜੈਸੇ ਸ਼ਾਹੀ ਤੈਸੇ ਕੀ ਹਰ ਬਸੇ ਨਿਰੰਤਰ ਘਟ ਗਈ ਖੋਜੋ ਭਾਈ ਬਾਹਰ ਭੀਤਰ ਇੱਕੋ ਜਾਨੋ ਇਹੋ ਗੁਰ ਗਿਆਨ ਬਤਾਈ ਕਹੋ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ ਆਪਣੇ ਆਪ ਦੀ ਖੋਜ ਕਰਨ ਤੋਂ ਬਿਨਾਂ ਵਾਹਿਗੁਰੂ ਮਿਲ ਨਹੀਂ ਸਕਦਾ ਹੁਣ ਜਦੋਂ ਇਸ ਤਰ੍ਹਾਂ ਦੇ ਨਾਲ ਆਵਾਜ਼ ਆਈ ਕਹਿੰਦਾ ਭਾਗਵਾਨ ਨੇ ਮੈਨੂੰ ਤਾਂ ਦਿੰਦਾ ਹੀ ਨਹੀਂ ਆਵਾਜ਼ ਅੰਤਰਜਾਮੀ ਦੀ ਹੈ ਦੇਖਦਾ ਹੈ ਨਹੀਂ ਕਿੱਥੇ ਚਲਿਆ ਗਿਆ ਕਹਿੰਦੀ ਇੱਥੇ ਹੀ ਹੋਊ ਕਿਤੇ ਕਹਿੰਦਾ ਤੈਂ ਕੋਈ ਗੱਲਬਾਤ ਤਾਂ ਨਹੀਂ ਕਹਿਤੀ ਕਿਤੇ ਗੁੱਸੇ ਤਾਂ ਨਹੀਂ ਕਰਤਾ ਤੂੰ ਤਾਂ ਕਈ ਵਾਰੀ ਮੇਰੇ ਨਾਲ ਵੀ ਲੜ ਪੈਂਦੀ ਹੈ ਕਿਤੇ ਮੇਰੇ ਅੰਤਰਜਾਮੀ ਨਾਲ ਤਾਂ ਨਹੀਂ ਲੜ ਪਈ ਮੇਰੇ ਅੰਤਰਜਾਮੀ ਨੂੰ ਭਜਾ ਤਾਂ ਨਹੀਂ ਦਿੱਤਾ ਤੂੰ ਮੇਰਾ ਅੰਤਰਜਾਮੀ ਮੈਨੂੰ ਬੜਾ ਪਿਆਰਾ ਉਹਦੇ ਬਿਨਾਂ ਮੈਂ ਰਹਿ ਨਹੀਂ ਸਕਦਾ ਅੰਤਾਂ ਦਾ ਪਿਆਰ ਕਰਦਾ ਮੈਂ ਆਪਦੇ ਅੰਤਰਯਾਮੀ ਨੂੰ ਜਦੋਂ ਅੱਖਾਂ ਬੰਦ ਕਰਦੇ ਅੰਦਰੋਂ ਆਵਾਜ਼ ਆਉਂਦੀ ਹੈ ਹੁਣ ਨਹੀਂ ਮੈਂ ਤੇਰੇ ਕੋਲ ਆਉਣਾ ਤੇਰੀ ਘਰ ਵਾਲੀ ਨੇ ਮੈਨੂੰ ਘਰੋਂ ਭਜਾ ਦਿੱਤਾ ਮੈਂ ਤੇਰੇ ਕੋਲ ਆਉਣਾ ਨਹੀਂ ਜਦੋਂ ਅੱਖਾਂ ਖੋਲਦੇ ਉੱਥੇ ਕੋਈ ਵੀ ਨਹੀਂ ਹੁੰਦਾ ਬਾਹਰ ਚਲਿਆ ਗਿਆ ਜੰਗਲ ਦੇ ਵਿੱਚ ਭਗਤ ਤ੍ਰਿਲੋਚਨ ਜੰਗਲ ਦੇ ਵਿੱਚ ਜਾ ਕੇ ਉੱਚੀ ਉੱਚੀ ਆਵਾਜ਼ ਦਿੰਦਾ ਹੈ ਹੇ ਮੇਰੇ ਅੰਤਰਯਾਮੀ ਕਿਰਪਾ ਕਰਕੇ ਮੈਨੂੰ ਦਰਸ਼ਨ ਦੇ ਦੇ ਮੈਂ ਤਾਂ ਵੈਰਾਗੀ ਹੋ ਗਿਆ ਮੇਰੀਆਂ ਤਾਂ ਅੱਖਾਂ ਦਾ ਪਾਣੀ ਨਹੀਂ ਸੁੱਕਦਾ ਤੂੰ ਕਿੱਥੇ ਚਲਿਆ ਗਿਆ ਪਤਾ ਉੱਚੀ ਆਵਾਜ਼ ਦੇ ਵਿੱਚ ਕੀ ਕਹਿੰਦਾ ਤੇਰੇ ਨਾਮ ਦਾ ਵੈਰਾਗੀ ਪਿਆਰ ਪੈ ਗਿਆ ਇੰਨੀ ਮੁਹੱਬਤ ਪੈ ਗਈ ਕਿੱਧਰ ਚਲਿਆ ਗਿਆ ਮੇਰਾ ਅੰਤਰਯਾਮੀ ਹੁਣ ਆਵਾਜ਼ ਆਉਂਦੀ ਹੈ
आवाज आई दसना कीता ओ अंतरयामी किथे है तू मेनू दर्शन दे दे सामने आके जगत त्रिलोच जियां दे सामने आके भगवान साक्षात खड़े हो गए सामने आके खड़ गए कहन लगे ओ त्रिलोचना तैन पता असी तेरे करे नौकर बन के गए भगवान परमेश्वर रब असी तेरे करे नौकर बन के गए सा पर तेरी घरवाली ने साडी निंदिया कीती साडा विरोध कीता साडा वचन नहीं मन्या सानू जो के देखण लागी परख के देखण लागी असी तेरा घर छड के आ गए हुण नहीं हो असी तेरे करे आउणा असी उदास हां बहुत ज्यादा क्योंकि असी तो सुनिया सी भगता ने रब वस कीता प्रेम दिया पाके ਜਮਾਨੇ ਤੋਂ ਹੀ ਭਗਤਾਂ ਨੇ ਰੱਬ ਨੂੰ ਵਸ ਚ ਕੀਤਾ ਹੋਇਆ ਪਰ ਤੇਰੀ ਘਰਵਾਲੀ ਨੇ ਮੈਨੂੰ ਘਰੋਂ ਖੋੜ ਦਿੱਤਾ ਉੱਥੇ ਫਿਰ ਭਗਤ ਤਰਲੋਚਨ ਜੀ ਨੇ ਸ਼ਬਦ ਉਚਾਰਨ ਕੀਤਾ ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮ ਜੀ ਐ ਮੇਰੀ ਭਾਗਵਾਨੇ ਸੰਸਾਰ ਦੇ ਵਿੱਚ ਜੇਕਰ ਅਸੀਂ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ ਪਤੀ ਅਤੇ ਪਤਨੀ ਦੇ ਵਿੱਚ ਅੰਤਾਂ ਦਾ ਪਿਆਰ ਹੋਣਾ ਚਾਹੀਦਾ ਹੈ ਤਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਤਨ ਫਿਰ ਕਹੀਏ ਸੋਏ ਦੋਨੋਂ ਦੇਖਣ ਨੂੰ ਸਰੀਰ ਅਲੱਗ ਅਲੱਗ ਲੱਗਦੇ ਹੋਣ ਪਿਆਰ ਇੰਨਾ ਜ਼ਿਆਦਾ ਹੋਵੇ ਇੱਕ ਨੇ ਕਹੀ ਦੂਜੇ ਨੇ ਮਾਨੀ ਦੋਨੋਂ ਹੀ ਬ੍ਰਹਮ ਗਿਆਨੀ ਇੱਕ ਜਣਾ ਗੱਲ ਕਹਿੰਦਾ ਰਵੇ ਦੂਸਰਾ ਜਣਾ ਸਤ ਵਚਨ ਕਹਿੰਦਾ ਰਵੇ ਜਿਵੇਂ ਸਾਡੇ ਦਾਰ ਜੀ ਔਰ ਬੀਜੀ ਗੱਲ ਜਿਵੇਂ ਜਿਵੇਂ ਅਸੀਂ ਥੋੜੇ ਸਮੇਂ ਤੋਂ ਦਰਸ਼ਨ ਕਰਦੇ ਹਾਂ ਤਿੰਨ ਕੁ ਸਾਲ ਤੋਂ ਪਰ ਪਹਿਲਾਂ ਤੋਂ ਵੀ
ਭੈਣ ਜੀ ਵੀ ਇਹ ਬਚਨ ਕਰਦੇ ਆਏ ਕਿ ਅਸੀਂ ਤਾਂ ਇਹਨਾਂ ਨੂੰ ਆਪ ਦੇ ਮਾਤਾ ਪਿਤਾ ਬਣਾਇਆ ਹੋਇਆ ਹੈ। ਸਾਧ ਸੰਗਤ ਜੀ ਜਿਨ੍ਹਾਂ ਨੂੰ ਰੱਬ ਨੇ ਆਪਣੇ ਮਾਤਾ ਪਿਤਾ ਬਣਾਇਆ ਹੋਵੇ, ਫਿਰ ਅਸੀਂ ਤਾਂ ਉਹਨਾਂ ਨੂੰ ਇਹ ਕਵਾਂਗੇ ਕਿ ਅਸੀਂ ਤੁਹਾਡੇ ਦਰਸ਼ਨ ਕਰਨ ਆਏ ਹਾਂ, ਸੰਗਤ ਵੀ ਕਰ ਰਹੇ ਹਾਂ ਤੁਹਾਡੀ, ਕਿਉਂਕਿ ਤੁਸੀਂ ਮਹਾਂਪੁਰਖਾਂ ਦੇ ਸੰਗੀ ਹੋ। ਮਹਾਂਪੁਰਖਾਂ ਦੇ ਸੰਗੀ ਨਹੀਂ ਮਿਲਦੇ, ਮਹਾਂਪੁਰਖਾਂ ਦਾ ਵਿਰੋਧ ਕਰਨ ਵਾਲੇ ਬਹੁਤ ਮਿਲ ਜਾਂਦੇ ਨੇ। ਅਸੀਂ ਆਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਆਪ ਜੀ ਨੇ ਸਾਡੇ ਜੱਥੇ ਨੂੰ ਨਿਵਾਜਿਆ, ਆਇਆਂ ਨੂੰ ਬਹੁਤ ਮਾਣ ਇੱਜ਼ਤ ਸਤਿਕਾਰ ਬਖਸ਼ਿਆ। ਵੀਰ ਜੀ ਹੋਣਾਂ ਦਾ ਬਹੁਤ ਬਹੁਤ ਧੰਨਵਾਦ, ਭੈਣ ਜੀ ਹੋਣਾਂ ਦਾ ਬਹੁਤ ਧੰਨਵਾਦ। ਜਿਸ ਦਿਨ ਅਸੀਂ ਆਉਣਾ ਸੀ ਦਿਨ ਦੇ ਵਿੱਚ ਤਕਰੀਬਨ 4-5 ਵਾਰੀ ਫੋਨ ਕਰਕੇ ਤੁਸੀਂ ਕਿੱਥੇ ਕੋ ਆ ਗਏ, ਤੁਸੀਂ ਆ ਜਾਂਦੇ, ਤੁਸੀਂ ਜਲਦੀ ਆਓ। ਸੋ ਸਾਧ ਸੰਗਤ ਜੀ, ਦੁਨੀਆਂ ਦੇ ਉੱਤੇ ਮਾਇਆ ਬਹੁਤੀ ਵੱਡੀ ਚੀਜ਼ ਨਹੀਂ ਹੋਇਆ ਕਰਦੀ। ਇੱਕ ਦੂਜੇ ਦਾ ਮਾਣ ਸਨਮਾਨ ਇੱਜ਼ਤ ਸਤਿਕਾਰ ਕਰਨਾ ਇਹ ਮਾਇਆ ਨਾਲੋਂ ਵੱਡੀ ਚੀਜ਼ ਹੋਇਆ ਕਰਦੀ ਹੈ। ਜਿਸ ਘਰ ਦੇ ਵਿੱਚ ਇੱਕ ਦੂਸਰੇ ਦਾ ਮਾਣ ਸਨਮਾਨ ਹੈ, ਇੱਜ਼ਤ ਹੈ, ਸਤਿਕਾਰ ਹੈ, ਸਮਝੋ ਕਿ ਉਹ ਇੱਥੇ ਸਵਰਗ ਭੋਗ ਰਹੇ ਹਨ। ਵੱਡੀਆਂ ਵੱਡੀਆਂ ਪ੍ਰੋਬਲਮਾਂ ਵੀ ਸੋਲਵ ਹੋ ਜਾਂਦੀਆਂ ਹਨ ਜੇ ਪਤੀ ਪਤਨੀ ਦੇ ਵਿੱਚ ਅਥਾਹ ਪ੍ਰੇਮ ਹੋਵੇ। ਜਿਵੇਂ ਅੱਜ ਕੱਲ੍ਹ ਦਾ ਰਿਵਾਜ ਹੈ ਜੀ, ਡਾਈਵੋਰਸ ਹੋ ਗਿਆ, ਆਹ ਹੋ ਗਿਆ, ਉਹ ਹੋ ਗਿਆ, ਉੱਥੇ ਜਦੋਂ ਪਿਆਰ ਹੀ ਨਹੀਂ ਹੈ ਫਿਰ ਬਿਜ਼ਨਸ ਵੱਲ ਕਦੋਂ ਧਿਆਨ ਦਿੱਤਾ ਜਾਵੇਗਾ। ਸੋ ਸਤਿਗੁਰੂ ਕਿਰਪਾ ਕਰਨ, ਜਿਨ੍ਹਾਂ ਮੂਰਤੀਆਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ, ਸਦੀਵ ਕਾਲ ਸੱਚੇ ਪਾਤਸ਼ਾਹ ਇਹੋ ਜਿਹੀਆਂ ਮੂਰਤੀਆਂ ਦੀ ਦੀਦਾਰ ਕਰਵਾਉਂਦੇ ਰਹਿਣ, ਐਸੀਆਂ ਰੱਬ ਰੰਗੀਆਂ ਰੂਹਾਂ ਦਾ ਮਿਲਾਪ ਹੁੰਦਾ ਰਹੇ। ਔਰ ਜੋ ਅਸੀਂ ਜੋ ਮੇਨ ਬੇਨਤੀ ਹੈ, ਪਹਿਲੀ ਤਾਂ ਹੈ ਕਿ ਆਪਣਾ ਸਾਰਾ ਪ੍ਰੋਗਰਾਮ ਦਸਤਾਰ ਟੀਵੀ ਚੈਨਲ 'ਤੇ ਇਹ ਲਾਈਵ ਚੱਲ ਰਹੇਗਾ ਹੈ। 3 ਦਿਨ ਤੋਂ ਲੈ ਕੇ ਆਪਾਂ ਨੇ ਜਿਤਨਾ ਵੀ ਇਹ ਫੰਕਸ਼ਨ ਆਪਣੇ 3 ਦੀਵਾਰ, ਇਹ ਸਾਰੇ ਦਾ ਸਾਰਾ ਦਸਤਾਰ ਟੀਵੀ ਚੈਨਲ ਜੋ ਸਾਡੀ ਸੰਗਤ ਰਾੜਾ ਸਾਹਿਬ ਦੀ ਕਨੇਡਾ, ਅਮਰੀਕਾ, ਇੰਗਲੈਂਡ, ਜਰਮਨ, ਫਰਾਂਸ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ, ਉਹ ਸਾਰੀ ਸੰਗਤ ਇਹ ਪ੍ਰੋਗਰਾਮ ਦੇਖਦੀ ਹੈ। ਤਕਰੀਬਨ 2400-2500 ਸੰਗਤਾਂ ਇਹ ਪ੍ਰੋਗਰਾਮ ਦੇਖਦੀਆਂ ਹੁੰਦੀਆਂ ਹਨ। ਮਲੇਸ਼ੀਆ ਜੋ ਕਿ ਮੈਂ 9 ਸਾਲ ਗੁਰਬਾਣੀ ਪੜ੍ਹਾਉਂਦਾ ਰਿਹਾ, ਉੱਥੇ 350 ਸੰਗਤਾਂ ਨੂੰ, ਜਿਨ੍ਹਾਂ ਦੇ ਵਿੱਚ ਵਕੀਲ ਸੀ, ਇੰਜੀਨੀਅਰ ਸੀ, ਡਾਕਟਰ ਸੀ, ਵਿਗਿਆਨੀ, ਸਾਇੰਟਿਸਟ ਸੀ, ਅਸੀਂ ਉਹਨਾਂ ਨੂੰ ਉੱਥੇ 9 ਸਾਲ ਗੁਰਬਾਣੀ ਪੜ੍ਹਾਉਂਦੇ ਰਹੇ ਹਾਂ। 350 ਸੰਗਤਾਂ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਉੱਥੇ ਮੇਰੇ ਤੋਂ ਲਈ, ਸਤਿਗੁਰਾਂ ਨੇ ਸੇਵਾ ਦਾ ਮੌਕਾ ਬਖਸ਼ਿਆ। ਹੁਣ ਏਸੀ ਚੈਨਲ 'ਤੇ ਮੇਰਾ 12 ਸਾਲ ਦਾ ਬੇਟਾ ਹਰਮਨਜੋਤ ਸਿੰਘ, ਜੋ ਅਜੇ 6ਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ, ਇੰਗਲਿਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦਾ ਹੈ। ਕੱਲ੍ਹ ਤੱਕ ਉਹਨੇ 160 ਅੰਗ ਦੀ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਇਸ ਚੈਨਲ 'ਤੇ ਕਰ ਦਿੱਤੀ ਹੈ। ਜੇ ਤੁਹਾਡੇ ਕੋਲ ਸਮਾਂ ਹੋਵੇ, ਕਿਤੇ ਸੀਰੀਅਲ ਤੋਂ ਫੁਰਸਤ ਮਿਲ ਜਾਵੇ, ਕਿਸੇ ਫਿਲਮ ਤੋਂ ਫੁਰਸਤ ਮਿਲ ਜਾਵੇ, ਜਾਂ ਕੰਮ ਤੋਂ ਬਿਜ਼ਨਸ ਤੋਂ ਫੁਰਸਤ ਮਿਲ ਜਾਵੇ, ਤਾਂ ਜ਼ਰੂਰ ਸਾਡੇ ਉਸ ਬਾਲਕੇ ਨੂੰ ਤੁਸੀਂ ਆਸ਼ੀਰਵਾਦ ਦਿਓ, ਉਹਨੂੰ ਸੁਣਿਓ, ਉਹਨੂੰ ਅਸੀਸ ਬਖਸ਼ਿਓ। ਅਗਲੀ ਬੇਨਤੀ, ਜੋ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਦਾਸ ਰਾੜਾ ਸਾਹਿਬ ਦੇ ਨੇੜੇ ਲੰਗਰ ਹੈ ਭੰਡਸ, ਉਸ ਨਗਰ ਦੇ ਵਿੱਚ ਅਤਿਅੰਤ ਸੁੰਦਰ ਦਰਬਾਰ ਸਾਹਿਬ ਬਣਾਉਣ ਲੱਗਿਆ ਗਿਆ, ਜਿਸ ਦਾ 11 ਮਾਰਚ 2018 ਨੂੰ ਉੱਥੇ ਨੀਂਹ ਪੱਥਰ 5 ਮਹਾਂਪੁਰਖਾਂ ਵੱਲੋਂ ਰੱਖਿਆ ਜਾਣਾ ਹੈ। ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਸਵਾਮੀ ਸੰਤਰਾਨੰਦ, ਸਵਾਮੀ ਜਸਦੇਵਾਨੰਦ, ਹੋਰ ਅਨੇਕਾਂ ਮਹਾਂਪੁਰਖ, ਉਹਨਾਂ ਨੇ ਉਸ ਸਥਾਨ 'ਤੇ ਆ ਕੇ 5 ਮਹਾਂਪੁਰਖਾਂ ਨੇ, ਔਰ ਪੋਲੀਟੀਕਲ ਲੀਡਰ ਜੋ ਕਿ ਕਾਂਗਰਸ ਸਰਕਾਰ ਹੈ, ਜੋ ਸਾਡੇ ਏਰੀਏ ਦੇ ਵਿੱਚ ਉਹਨਾਂ ਨੇ ਆਉਣਾ, ਆਪ ਸਾਰੀਆਂ ਸੰਗਤਾਂ ਨੂੰ ਅਸੀਂ ਆਪਣੇ ਜਥੇ ਸਮੇਤ ਹੱਥ ਜੋੜ ਕੇ ਬੇਨਤੀ ਕਰਦੇ ਹਾਂ 11 ਤਰੀਕ ਨੂੰ ਇੱਥੋਂ ਮੁਰਾਦਾਬਾਦ ਦੀ ਸੰਗਤ, ਜੋ ਕਿ ਸਾਡੇ ਬਜ਼ੁਰਗ ਹੀ ਹੋ, ਤੁਸੀਂ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ। 11 ਤੋਂ 11:30 ਵਜੇ ਦੇ ਵਿੱਚ ਨੀਂਹ ਪੱਥਰ ਰੱਖਿਆ ਜਾਵੇਗਾ, ਜੋ ਕਿ ਅਤਿਅੰਤ ਸੁੰਦਰ ਦਰਬਾਰ ਸਾਹਿਬ ਬਣ ਰਹੇਗਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ, ਉੱਥੇ ਬਹੁਤ ਸਾਰੇ ਬੱਚੇ ਗੁਰਬਾਣੀ ਪੜ੍ਹਨ ਆਉਂਦੇ ਨੇ, ਗੁਰਬਾਣੀ ਸਿੱਖਣ, ਜਿਵੇਂ ਤੁਸੀਂ ਘਰੇ ਪ੍ਰਕਾਸ਼ ਕੀਤੇ ਹੋਏ ਨੇ, ਇਵੇਂ ਉੱਥੇ ਅਸਥਾਨ 'ਤੇ ਪ੍ਰਕਾਸ਼ ਹੈ ਸਤਿਗੁਰਾਂ ਦਾ। ਸੰਗਤ ਜ਼ਿਆਦਾ ਹੋਣ ਕਰਕੇ ਦਰਬਾਰ ਖੁੱਲ੍ਹਾ ਕਰ ਰਹੇ ਹਾਂ, ਉੱਥੇ ਹਰ ਇੱਕ ਮਹੀਨੇ ਦਰਬਾਰ ਸੱਜਦਾ ਗਏ। ਅਸੀਂ ਵਟਸਐਪ 'ਤੇ ਵੈਸੇ ਮੈਸੇਜ ਕਰਦੇ ਰਹਿੰਦੇ ਹਾਂ ਵੀਰ ਜੀ ਹੋਣਾਂ ਨੂੰ। ਸੋ ਬੇਨਤੀ ਹੈ ਕਿ 11 ਮਾਰਚ ਨੂੰ ਜ਼ਰੂਰ ਪਹੁੰਚਿਓ ਜੇ ਸਮਾਂ ਬਣਿਆ, ਜੇ ਨਾ ਵੀ ਬਣਿਆ ਅੱਗੋਂ ਪਿੱਛੋਂ ਕਦੇ ਵੀ ਆਓ, ਮੇਰਾ ਨੰਬਰ ਭਾਈ ਸਾਹਿਬ ਹੋਣਾ ਦੇ ਕੋਲ ਹੈ, ਤੁਸੀਂ ਆਇਓ, ਨਾਲੇ ਰਾੜਾ ਸਾਹਿਬ ਦੇ ਦਰਸ਼ਨ ਮੇਲੇ ਕਰਿਓ, ਔਰ ਨਾਲੇ ਮੈਨੂੰ ਅਸੀਸ ਦੇ ਕੇ ਆਇਓ। ਬਹੁਤ ਧੰਨਵਾਦੀ ਹੋਵਾਂਗੇ। ਸੋ ਇੱਥੇ ਹੁਣ 1 ਵਜ ਗਿਆ ਪੂਰਾ। ਆਪ ਜੀ ਨੂੰ ਪਤਾ ਹੈ ਕਿ ਆਪਾਂ ਕਦੇ ਟਾਈਮ ਤੋਂ ਬਹੁਤਾ ਬਾਹਰ ਨਹੀਂ ਗਏ, ਇਹ ਰਾੜਾ ਸਾਹਿਬ ਦੀ ਮਰਿਆਦਾ ਹੈ।
ਮਰਿਆਦਾ ਨੂੰ ਬਖਾਲ ਰੱਖਣਾ ਚਾਹੀਦਾ ਹੈ ਜੇ ਅਸੀਂ ਰੱਖਾਂਗੇ ਸਾਡੇ ਬੱਚੇ ਵੀ ਮਰਿਆਦਾ ਬਖਾਲ ਰੱਖਣਗੇ ਆ ਇੱਕ ਧਾਰਨਾ ਪੜ੍ਹ ਕੇ ਉਪਰੰਤ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਅਰਦਾਸ ਬੇਨਤੀ ਹੁਕਮਨਾਮਾ ਫਿਰ ਸੰਪੂਰਨ ਸਮਾਪਤੀ ਹੈ ਪਰਿਵਾਰ ਦਾ ਸਾਰੀ ਚੱਡਾ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਇਸ ਜਥੇ ਨੂੰ ਨਿਵਾਜਦੇ ਹਨ ਮਾਣ ਇੱਜ਼ਤ ਸਤਿਕਾਰ ਦਿੰਦੇ ਹਨ ਬਹੁਤ ਬਹੁਤ ਧੰਨਵਾਦ ਹੈ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਤੁਸੀਂ ਕਿਰਪਾ ਬਣਾਈ ਰੱਖਣੀ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ
ਦਾਸ।